ਹਾਂ ਜੀ ਦੋਸਤੋ ਸਤਿ ਸ੍ਰੀ ਅਕਾਲ ਜੀ ਮੈਂ ਰਮਨਦੀਪ ਸਿੰਘ ਇੱਕ ਵਾਰੀ ਫਿਰ ਹਾਜ਼ਰ ਹਾਂ ਤੁਹਾਡੇ ਆਪਣੇ ਚੈਨਲ ਰਮਨ ਇੰਸਟੀਚਿਊਟ ਤੇ ਸੋ ਸਵਾਗਤ ਕਰਦਾ ਹਾਂ ਜੀ ਸਾਰਿਆਂ ਦਾ ਇੱਕ ਵਾਰ ਤੋਂ ਫਿਰ ਚੈਨਲ ਦੇ ਉੱਤੇ ਸੋ ਅੱਜ ਦੀ ਇਸ ਕਲਾਸ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਜੀ ਪੰਜਾਬ ਜੀ ਕੇ ਦਾ 14 ਨੰਬਰ ਪਾਰਟ ਜਿਸ ਦੇ ਵਿੱਚ ਆਪਾਂ ਐਮ ਸੀ ਕਯੂ ਸੀਰੀ ਸ਼ੁਰੂ ਕੀਤੀ ਹੈ ਜੋ ਤੁਹਾਨੂੰ ਪੰਜਾਬ ਪੁਲਿਸ ਪੀ ਐਸ ਪੀ ਸੀਲ ਪਟਵਾਰੀ ਪੀ ਐਸ ਟੈਟ ਮਾਸਟਰ ਕੈਡਰ ਤੇ ਪੀ ਪੀ ਐਸ ਸੀ ਇਗਜ਼ਾਮ ਦੇ ਲਈ ਤੁਹਾਨੂੰ ਹੈਲਪਫੁਲ ਰਹੇਗਾ ਸੇ ਸਾਰੇ ਕੁਐਸਚਨ ਹੋ ਰਹੇਣਗੇ ਜੋ ਕਿਸੇ ਨਾ ਕਿਸੇ ਇਗਜ਼ਾਮ ਦੇ ਵਿੱਚ ਆਈ ਹੋਈ ਹੈਗੇ ਨੇਗੇ ਸੋ ਅੱਜ ਦੇ ਸੈਸ਼ਨ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਮਹਾਭਾਰਤ ਦੇ ਯੁੱਧ ਦੇ ਅਨਾਈਟਡ ਕੁਆਟਰਨ ਦਸਰਾਜ ਦਾ ਯੁੱਧ ਹਿਉਨਸਾਂਗ ਲਲੰਦਾ ਯੂਨੀਵਰਸਿਟੀ ਮੈਗਸਥਨੀਜ਼ ਦੇ ਫਾਹੀ ਜਨਵਰਗ ਜਿਹੜੇ ਪ੍ਰਸਿੱਧ ਯਾਤਰੀ ਰਹੇ ਆ ਭਾਰਤ ਦੇ ਵਿੱਚ ਆਇਆ ਤੇ ਉਹਨਾਂ ਦੀਆਂ ਕੁਝ ਪ੍ਰਮੁੱਖ ਰਚਨਾਵਾਂ ਜਿਹੜੀਆਂ ਨੇ ਉਹਨਾਂ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਉਮੀਦ ਕਰਦਾ ਕਿ ਸੈਸ਼ਨ ਤੁਹਾਡੇ ਸਰਨ ਲਈ ਹੈਲਪਫੁਲ ਰਹੇ ਹੋਣਗੇ WhatsApp ਗਰੁੱਪ ਜੁਆਇਨ ਕਰਨ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਇਹਨਾਂ ਕਲਾਸਾਂ ਦੀ ਜਿਹੜੀ PDF ਹੈ ਉਹ ਕਲੈਕਟ ਕਰਨ ਲਈ ਤੁਸੀਂ ਰਮਨ ਇੰਸਟੀਚਿਊਟ ਦੀ ਜੋ ਐਪ ਆ ਉਹ Play Store ਤੋਂ ਡਾਊਨਲੋਡ ਕਰ ਸਕ ਔਰ ਫੁੱਲ ਕੋਰਸ ਜਿਹੜੇ ਬਣੇ ਹੋਏ ਆ ਉਹ ਤੁਸੀਂ ਐਪ ਦੇ ਉੱਪਰ ਜਾ ਕੇ ਜਿਹੜਾ ਪਰਚੇਸ ਕਰ ਸਕਦੇ ਹੋ ਕਿਉਂਕਿ ਉਮੀਦ ਕਰਦਾ ਕਿ ਜਿੰਨੀਆਂ ਵੀ ਮੈਂ ਕਲਾਸ ਜ ਪੰਜਾਬ ਜੀਕੇ ਦੀਆਂ ਜਾਂ ਜੋ ਇੰਡੀਆ ਜੀਕੇ ਦੀਆਂ ਨੇ ਔਰ ਲਗਾਈਆਂ ਨੇ ਕਿਆਂ ਸੋ ਕਾਫੀ ਜਿਆਦਾ ਹੈਲਪਫੁਲ ਲੰਦੀਆਂ ਹੋਣੀਆਂ ਅਗਰ ਅੱਛੀਆਂ ਲੱਗਦੀਆਂ ਹੋਣ ਤਾਂ ਪਲੀਜ਼ ਸ਼ੇਅਰ ਜ਼ਰੂਰ ਕਰ ਦਿਆ ਕਰੋ ਔਰ ਕਮੈਂਟ ਸੈਸ਼ਨ ਦੇ ਵਿੱਚ ਆਪਣੇ ਜਿਹੜੇ ਸੁਝਾਅ ਹੋ ਜ਼ਰੂਰ ਦੇ ਦੇਖੋ ਅਗਰ ਕਿਸੇ ਵੀ ਤਰ੍ਹਾਂ ਦੀ ਜ਼ਿਕਰ ਕੋਈ ਲੱਗਦਾ ਹੈ ਤਾਂ ਤੁਹਾਨੂੰ ਓਕੇ ਤਾਂ ਸ਼ੁਰੂ ਕਰਦੇ ਆਪਾਂ ਸੈਸ਼ਨ ਅੱਜ ਦਾ ਸੋ 261 ਨੰਬਰ ਕੁਐਸਚਨ ਆਪਣੇ ਕੋਲ ਆਇਆ ਏ ਦਾ ਸ ਰਾਵੀ ਦਰਿਆ ਕਿਸ ਸਥਾਨ ਦੇ ਵਿੱਚ ਜਾ ਕੇ ਚਨਾਬ ਦਰਿਆ ਦੇ ਵਿੱਚ ਮਿਲ ਜਾਂਦਾ ਹੈ ਅਹਿਮਦਪੁਰ ਸਿਆਲ ਦੇ ਵਿੱਚ ਲਾਹੌਰ ਦੇ ਵਿੱਚ ਹਰੀਕੇ ਵਿਖੇ ਚੰਗ ਦੇ ਵਿੱਚ ਰਾਵੀ ਦਰਿਆ ਜੋ ਕਿ ਹਿਮਾਚਲ ਪ੍ਰਦੇਸ਼ ਦੇ ਵਿੱਚੋਂ ਚੱਲਦਾ ਹੈਗਾ ਰੋਹਤਾਂਗ ਦਰੇ ਤੋਂ ਚੱਲਦਾ ਹੈਗਾ ਹਿਮਾਚਲ ਤੋਂ ਹੁੰਦਿਆਂ ਹੋਇਆਂ ਪੰਜਾਬ ਦੇ ਵਿੱਚ ਮਾਧੋਪੁਰ ਪਠਾਨਕੋਟ ਦੇ ਵਿੱਚੋਂ ਦੀ ਕ੍ਰੋਸ ਕਰਦਾ ਹੈ ਤੇ ਪੰਜਾਬ ਦੇ ਤਿੰਨ ਜ਼ਿਲ੍ਹੇ ਪਠਾਨਕੋਟ ਗਰਦਾਸਪੁਰ ਤੇ ਅੰਮ੍ਰਿਤਸਰ ਹੁੰਦਿਆਂ ਹੋਇਆਂ ਲਾਹੌਰ ਖੇਤਰ ਦੇ ਉੱਤੋਂ ਦੀ ਕ੍ਰੋਸ ਕਰਦਾ ਹੋਇਆ ਇਹ ਦਰਿਆ ਅੱਗੇ ਜਾ ਕੇ ਚਨਾਬ ਦਰਿਆ ਦੇ ਵਿੱਚ ਮਿਲ ਜਾਂਦਾ ਹੈਗਾ ਸੋ ਜਿੱਥੇ ਹੈ ਚਨਾਬ ਦਰਿਆ ਦੇ ਵਿੱਚ ਜਾ ਕੇ ਮਿਲਦਾ ਹੈ ਸੋ ਉਸ ਥਾਂ ਦਾ ਨਾਮ ਹੈ ਜੀ ਅਹਿਮਦਪੁਰ ਸਿਆਲ ਖੇਤਰ ਸੋ ਇਸ ਸਥਾਨ ਵਿਖੇ ਜਿਹੜਾ ਇਹ ਦਰਿਆ ਹੈ ਚਨਾਬ ਦਰਿਆ ਦੇ ਵਿੱਚ ਜਾ ਕੇ ਮਿਲ ਜਾਂਦਾ ਸੋ ਇਹ ਪਾਕਿਸਤਾਨ ਦੇ ਵਿੱਚ ਪੈ ਜਾਂਦਾ ਸੋ ਇਸ ਸਥਾਨ ਵਿਖੇ ਇਹ ਜੁਆਇੰਟ ਹੋ ਜਾਂਦਾ ਇਸ ਨਾਲ ਇਹ ਚਨਾਬ ਦੀ ਇੱਕ ਸਹਾਇਕ ਨਦੀ ਹੈ ਤੇ ਪੰਜਾਬ ਦੀ ਸਭ ਤੋਂ ਛੋਟੀ ਨਦੀ ਹੈਗੀ ਹੈਗੀ ਰੋਤਾਂਗ ਦਰੇ ਤੋਂ ਨਿਕਲਦੀ ਹੈਗੀ ਹੈਗੀ ਹਿਮਾਚਲ ਪ੍ਰਦੇਸ਼ ਤੇ ਪੈਂਦਾ ਹੈ ਇਹਦੀ ਮਤਲਬ ਆਸਟ ਕੁਐਸਚਨ ਤੁਹਾਨੂੰ ਕਰਵਾਏ ਹੋਇਆ ਸੋ ਅੱਜ ਦੇ ਇਸ ਕੁਐਸਚਨ 'ਚ ਆਪਾਂ ਇਹਦਾ ਜਿਹੜਾ ਜੁਆਇੰਟ ਪੁਆਇੰਟ ਹੈ ਸੋ ਉਸ ਦੀ ਗੱਲ ਕੀਤੀ ਹੈ ਨੈਕਸਟ ਆਪਣੇ ਕੋਲੇ 262 ਨੰਬਰ ਕੁਐਸਚਨ ਮਹਾਭਾਰਤ ਦਾ ਯੁੱਧ ਕਿੱਥੇ ਲੜਿਆ ਗਿਆ ਸੀਗਾ ਥਾਨੇਸ਼ਵਰ ਦੇ ਵਿੱਚ ਤਰਾਈ ਦੇ ਵਿੱਚ ਕੁਰੂਖੇਤਰ ਦੇ ਵਿੱਚ ਜਾਂ ਦਿੱਲੀ ਦੇ ਵਿੱਚ ਮਹਾਭਾਰਤ ਦਾ ਯੁੱਧ ਕਾਫੀ ਪ੍ਰਸਿੱਧ ਯੁੱਧ ਹੈ ਤੇ ਸਭ ਤੋਂ ਪੁਰਾਤਨ ਯੁੱਧਾਂ ਦੇ ਵਿੱਚੋਂ ਇੱਕ ਯੁੱਧ ਮੰਨਿਆ ਜਾਂਦਾ ਹੈ ਭਾਰਤ ਦਾ ਮਹਾਭਾਰਤ ਦਾ ਯੁੱਧ ਹੋ ਗਿਆ ਹੈ ਚਾਹੇ ਤੇ ਚਾਹੇ ਪਾਣੀਪਤ ਦੀ ਲੜਾਈ ਆ ਤੇ ਚਾਹੇ ਤਰਾਇਨ ਦੀ ਲੜਾਈ ਆ ਇਹ ਸਾਰੀਆਂ ਹੀ ਲੜਾਈਆਂ ਜਿਹੜੀਆਂ ਨੇ ਇਹ ਨਿਰਣਾਇਕ ਲੜਾਈਆਂ ਨੇ ਤੇ ਸਾਰੀਆਂ ਸਾਰੀਆਂ ਨਿਰਣਾਇਕ ਲੜਾਈਆਂ ਨੇ ਜਿਹੜੀਆਂ ਇਹ ਬੰਗਰ ਪ੍ਰਦੇਸ਼ ਚ ਹੁੰਦੀਆਂ ਨੇਗੀਆਂ ਜਾਨੀ ਕਿ ਬੰਗਰ ਦੇ ਪ੍ਰਦੇਸ਼ ਦੇ ਵਿੱਚ ਹੋਈਆਂ ਸੀ ਤੇ ਬੰਗਰ ਪ੍ਰਦੇਸ਼ ਨੂੰ ਅੱਜ ਕੱਲ ਹਰਿਆਣਾ ਕਹਿ ਦਿੱਤਾ ਜਾਂਦਾ ਹੈ ਇਹ ਤਿੰਨੇ ਹੀ ਲੜਾਈਆਂ ਠੀਕ ਹੈ ਮਹਾਭਾਰਤ ਦਾ ਯੁੱਧ ਹੋ ਗਿਆ ਹੈ ਇਸ ਤਲਾਬਾ ਤਰਾਇਨ ਦੀ ਲੜਾਈ ਹੋ ਗਈ ਹੈ ਅਤੇ ਪਾਣੀਪਤ ਜਿਹੜੀ ਇਹ ਤਿੰਨੇ ਲੜਾਈਆਂ ਜਿਹੜੀਆਂ ਇਸ ਖੇਤਰ ਦੇ ਵਿੱਚ ਹੁੰਦੀਆਂ ਤੇ ਇਹਨਾਂ ਦੇ ਵਿੱਚੋਂ ਮਹਾਭਾਰਤ ਵੀ ਇਸ ਦੇ ਵਿੱਚ ਹੀ ਹੈ ਤੇ ਮਹਾਭਾਰਤ ਬੰਗਰ ਦੇ ਕੁਰਕ ਖੇਤਰ ਖੇਤਰ ਦੇ ਵਿੱਚ ਪੈ ਜਾਂਦਾ ਸੋ ਇਸ ਸਥਾਨ ਵਿਖੇ ਜਿਹੜਾ ਹੈ ਇਹ ਯੁੱਧ ਹੁੰਦਾ ਹੈ ਮਹਾਭਾਰਤ ਦਾ ਮਹਾਭਾਰਤ ਦੇ ਲੇਖਕ ਦੇ ਬਾਰੇ ਪੁੱਛਿਆ ਜਾਂਦਾ ਹੈ ਮਹਾਭਾਰਤ ਦੇ ਪਾਤਰਾਂ ਦੇ ਬਾਰੇ ਪੁੱਛਿਆ ਜਾ ਸਕਦਾ ਹੈ ਸੋ ਸਾਰੀਆਂ ਚੀਜ਼ਾਂ ਮੈਂ ਐਡ ਕਰ ਦਿੱਤੀਆਂ ਹਸਤੇ ਵਿੱਚ ਸੋ ਮਹਾਭਾਰਤ ਦਾ ਯੁੱਧ ਜਿਹੜਾ ਹੈ ਕਾਫੀ ਵੱਡੇ ਪੱਧਰ ਦੇ ਉੱਪਰ ਹੋਇਆ ਯੁੱਧ ਸੀਗਾ ਜੋ ਕਿ ਜਿਸ ਦੀ ਰਚਨਾ ਜਿਹੜੀ ਹੈ ਮਹਾਭਾਰਤ ਦੀ ਉਹ ਵੇਦ ਵਿਆਸ ਦੇ ਦੁਆਰਾ ਕੀਤੀ ਗਈ ਹੈ ਵਿਦਵਿਆਸ ਨੇ ਇਸ ਨੂੰ 3 ਤੀਜੀ ਸਦੀ ਈਸਵੀ ਪੂਰਵ ਤੋਂ ਲੈ ਕੇ 4ਵੀਂ ਸਦੀ ਈਸਵੀ ਪੂਰਵ ਦੇ ਦਰਮਿਆਨ ਦੀ ਸਮੇਂ ਦੇ ਵਿੱਚ ਇਸ ਨੂੰ ਜਿਹੜਾ ਲਿਖਿਆ ਹੈਗਾ ਮਨਿਆ ਜਾਂਦਾ ਹੈ ਠੀਕ ਹੈ ਵੈਸੇ ਇਹ 500 ਤੋਂ 500 ਇਸਵੀ ਪੂਰਵ ਤੋਂ ਲੈ ਕੇ 400 ਇਸਵੀ ਪੂਰਵ ਦੇ ਦਰਮਿਆਨ ਦੀ ਗੱਲ ਕੀਤੀ ਗਈ ਹੈ ਜੇਕਰ ਆਪਾਂ ਸਮੇਂ ਦੇ ਅਕੋਰਡਿੰਗ ਗੱਲ ਕਰੀਏ ਬਟਾ ਤੀਜੀ ਚੌਥੀ ਸਦੀ ਦੇ ਅਕੋਰਡਿੰਗ ਜਿਹੜਾ ਇਹ ਗੂਗਲ ਦੇ ਅਕੋਰਡਿੰਗ ਜਿਹੜਾ ਚੱਲਦਾ ਰਹਿੰਦਾ ਬਟ ਬੁਕਸ ਦੇ ਅਕੋਰਡਿੰਗ 3 500 ਤੋਂ ਲੈ ਕੇ 400 ਇਸਵੀ ਪੂਰਵ ਦੇ ਦਰਮਿਆਨ ਜਦੋਂ ਉਤਰਵੈਦਿਕ ਪੀੜ ਚੱਲ ਰਿਹਾ ਸੀਗਾ ਉਸ ਸਮੇਂ ਦੇ ਦਰਮਿਆਨ ਇਸ ਨੂੰ ਲਿਖਿਆ ਗਿਆ ਵੇਦਵਿਆਸ ਇਸ ਦਾ ਲੇਖਕ ਕਾਫੀ ਜ਼ਿਆਦਾ ਇੰਪੋਰਟੈਂਟ ਹੈ ਇਹਦੇ ਵਿੱਚ ਕੁੱਲ ਜਿਹੜੇ 18 ਪ੍ਰਵਾਸ ਨੇ ਪ੍ਰਵਾਸ ਨੂੰ ਅਧੇ ਕਿਹਾ ਜਾਂਦਾ ਹੈਗਾ ਇਹ ਯੁੱਧ ਜਿਹੜਾ ਹੈ ਇੱਕ குருਕੁhetra ਦੇ ਵਿੱਚ ਹੋਇਆ ਸੀ ਤੇ ਯੁੱਧ ਕੌਰਵਾ ਤੇ ਪਾਂਡਵਾ ਦੇ ਵਿਚਕਾਰ ਹੋਇਆ ਸੀਗਾ ਤ੍ਰੋਪਤੀ ਨੂੰ ਲੈ ਕੇ ਜਿਹੜਾ ਯੁੱਧ ਹੋਇਆ ਸੀਗਾ ਜੋ ਕਿ ਇਸਤਰੀ ਸੀ ਇਹਨਾਂ ਦੇ ਵਿੱਚੋਂ ਸੋ ਉਸ ਨੂੰ ਲੈ ਕੇ ਜਿਹੜਾ ਹੈ ਜੁਦ ਸ਼ੁਰੂ ਹੋ ਜਾਂਦਾ ਹੈ ਕਾਗਾ ਇਸ ਦੇ ਵਿੱਚ ਜੇਤੂ ਜਿਹੜੇ ਆ ਉਹ ਪਾਂਡਵ ਰਹਿੰਦੇ ਨੇ ਪਾਂਡਵਾ ਨੂੰ ਜਿਤਾਉਣ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਕ੍ਰਿਸ਼ਨ ਦਾ ਰਹਿੰਦਾ ਹੈ ਸੋ ਕ੍ਰਿਸ਼ਨ ਜਿਹੜਾ ਹੈ ਉਹ ਇਹਨਾਂ ਨੂੰ ਜਿਤਾਉਣ ਦੇ ਵਿੱਚ ਯੋਗਦਾਨ ਪਾਉਂਦਾ ਹੈ ਇਸ ਮਹਾਭਾਰਤ ਦੇ ਵਿੱਚ ਕੁਝ ਪ੍ਰਮੁੱਖ ਪਾਤਰ ਜਿਹੜੇ ਆ ਜਾਂਦੇ ਆ ਉਹ ਚ ਪਾਂਡੂ ਦੇ ਪੁੱਤਰ ਪਾਂਡਵਾ ਇਸ ਤੋਂ ਇਲਾਵਾ ਯੁਦਿਸ਼thਰ ਭੀਮ ਨਕੁਲ ਸਹਦੇਵ ਅਤੇ ਉਹਨਾਂ ਦੀ ਪਤਨੀ ਦ੍ਰੋਪਦੀ ਅਤੇ ਇਸ ਤੋਂ ਇਲਾਵਾ 100 ਕੁਰਬ ਭਰਾਵਾਂ ਦੀ ਅਗਵਾਈ ਉਹਨਾਂ ਦਾ ਵੱਡਾ ਭਰਾ ਕਰ ਰਿਹਾ ਸੀ ਦਰਯੋਦਨ ਸੋ ਇਹ ਪ੍ਰਮੁੱਖ ਪਾਤਰ ਹੈਗੇ ਕਿ ਜੋ ਕਿ ਇਸ ਮਹਾਭਾਰਤ ਦੇ ਵਿੱਚ ਸ਼ਾਮਲ ਹੈਗੇ ਨੇਗੇ ਦੂਜੀ ਸਾਈਡ ਦੇ ਉੱਪਰ ਆਪਾਂ ਗੱਲ ਕਰੀਏ ਪਾਂਡਵਾ ਦੇ ਵਿੱਚ ਕ੍ਰਿਸ਼ਨ ਪਾਂਡਵ ਭੀਸ਼ਮ ਦ੍ਰੋਪਦੀ ਕਰਨ ਦਰਯੋਦਨ ਦੁਸ਼ਾਸ਼ਨ ਦਰੋਣਾ ਕਿਰਪਾ ਗੰਧਾਰੀ ਤ੍ਰਿਸ਼ਤਾ ਰਾਸ਼ਟਰ ਵਿਦੁਰ ਕੁਤੀ ਸਕੂਨ ਕੁਦੀ ਸਕੁਨੀ ਅਤੇ ਆਸ਼ਵ ਥਾਮਾ ਇਹ ਮੁੱਖ ਪਾਤਰ ਨੇ ਜੋ ਕਿ ਮਹਾਭਾਰਤ ਦੇ ਵਿੱਚ ਆਉਂਦੇ ਆ ਸੋ ਆਲਮੋਸਟ ਮੈਂ ਸਾਰੇ ਐਡ ਕਰ ਦਿੱਤੇ ਨੇਗੇ ਅਗਲੇ ਸੈਸ਼ਨ ਜਿਹਨਾਂ ਨੂੰ ਪਵੰਡ ਵੀ ਦੇਵਾਂਗੇ ਕਿ ਕਿਹੜੇ ਖੇਤਰ ਚ ਕਿਹੜਾ ਹੁੰਦਾ ਸੋ ਇਸ ਦੇ ਵਿੱਚ ਮੈਂ ਨਾ ਕਿ ਇੱਕ ਵਾਰੀ ਐਡ ਕੀਤਾ ਹੈ ਓਕੇ ਤਾਂ ਨੈਕਸਟ ਚੱਲਦੇ ਆਪਾਂ 63 ਨੰਬਰ ਕੁਐਸਚਨ ਤੇ ਦਸ ਰਾਜ ਦਾ ਯੁੱਧ ਯਾਨੀ ਦਸ ਰਾਜਿਆਂ ਦਾ ਯੁੱਧ ਡੈਸ਼ ਦੇ ਵਿੱਚ ਲੜਿਆ ਗਿਆ ਇੰਦਰ ਦੇ ਨਾਲ ਵਰुण ਦੇ ਨਾਲ ਸਦਾਮਾ ਦੇ ਨਾਲ ਜਾਂ ਸੁਦਾਸ ਦੇ ਨਾਲ ਦਸ ਰਾਜ ਦਾ ਯੁੱਧ ਜਿਹੜਾ ਕਿ ਦਸ ਰਾਜਾਂ ਤੇ ਡੈਸ਼ ਦੇ ਵਿਚਕਾਰ ਲੜਿਆ ਗਿਆ ਸੀਗਾ ਇਹ ਦਸ ਰਾਜ ਦਾ ਯੁੱਧ ਕਹਾਉਂਦਾ ਕਿਉਂਕਿ ਦਸ ਰਾਜਾਂ ਦਾ ਯੁੱਧ ਸੀਗਾ ਤਾਂ ਇਹਦੇ ਨਾਲ ਜਿਹੜਾ ਦਸ ਰਾਜੇ ਲੜਦੇ ਨੇ ਉਹ ਸੁਦਾਸ ਦੇ ਨਾਲ ਲੜਦੇ ਹਨ ਤਦ ਦਸਰਾਜ ਦਾ ਯੁੱਧ ਦਸ ਰਾਜਾਂ ਤੇ ਸੁਦਾਸ ਦੇ ਵਿਚਕਾਰ ਹੋਇਆ ਯੁੱਧ ਹੈ ਜਿਸ ਦੇ ਵਿੱਚ ਦਸ ਰਾਜਾਂ ਨੇ ਜਿਹੜਾ ਹੈ ਪਾਰਟਿਸਿਪੇਟ ਕੀਤਾ ਸੀ ਤੇ ਇੱਕ ਸਾਈਡ ਦੇ ਉੱਪਰ ਸੁਦਾਸ ਸੀਗਾ ਇਸ ਨੂੰ ਦਸ ਰਾਜਾਂ ਦੀ ਲੜਾਈ ਵੀ ਕਹਿ ਦਿੱਤਾ ਜਾਂਦਾ ਹੈ ਬੈਟਲ ਆਫ 10 ਕਿੰਗਸ ਵੀ ਕਹਿ ਦਿੱਤਾ ਜਾਂਦਾ ਹੈ ਜੋ ਕਿ 14ਵੀਂ ਸਦੀ ਈਸਵੀ ਪੂਰਵ ਦੇ ਦਰਮਿਆਨ ਹੋਇਆ ਸੀਗਾ ਯੁੱਧ ਇਹ ਦੱਸ ਰਹੇ ਹਾਂ ਜਦੋਂ ਨੂੰ ਲੈ ਕੇ ਇੱਕ ਵਚਨ ਹੋਰ ਆਉਂਦਾ ਹੁੰਦਾ ਆਪਣੇ ਕੋਲੇ ਕਿ ਕਿਹੜੀ ਨਦੀ ਦੇ ਕੰਢੇ ਦੇ ਉੱਪਰ ਅਸੀਤਾ ਪ੍ਰਾਉਸ਼ਨੀ ਜਾਂ ਪ੍ਰੋਸ਼ਨੀ ਨਦੀ ਜਿਹਨੂੰ ਕਿ ਅੱਜ ਕੱਲ੍ਹ ਆਪਾਂ ਰਾਵੀ ਨਦੀ ਕਹਿ ਦਿੰਦੇ ਆ ਇਸ ਨਦੀ ਦੇ ਕੰਢੇ ਦੇ ਉੱਪਰ ਹੀ ਯੁੱਧ ਹੋਇਆ ਸੀਗਾ ਇਸ ਦੇ ਵਿੱਚ ਕਮਾਂਡਰਾਂ ਦੀ ਗੱਲ ਕਰੀਏ ਤਾਂ ਸੁਦਾਸ ਪੰਚਮ ਜਿਹੜਾ ਹੈ ਅਤੇ ਰਾਜੇ ਜਿਹੜੇ ਹੈ 10 ਇਸ ਦੇ ਵਿੱਚ ਸੀਗੇ ਦੂਜੀ ਸਾਈਡ ਦੇ ਉੱਪਰ ਸੁਦਾਸ ਦੇ ਵੱਲੋਂ ਜੇਕਰ ਆਪਾਂ ਗੱਲ ਕਰੀਏ ਤਾਂ ਵਿਸ਼ੇਸ਼ਟ ਜਿਹੜਾ ਮੁੱਖ ਭੂਮਿਕਾ ਨਿਭਾ ਰਿਹਾ ਸੀ ਉਧਰਲੀ ਸਾਈਡ ਦੇ ਉੱਪਰ 10 ਰਾਜਾਂ ਦੇ ਵੱਲੋਂ ਵਿਸ਼ਵਮਿੱਤਰਾ ਜਿਹੜਾ ਹੈ ਉਹ ਮੁੱਖ 10 ਰਾਜਿਆਂ ਦੇ ਵਿੱਚ ਸੀਗੇ ਉਹ ਸੀਗੇ ਜੀ ਅਲੀਨਾ ਅਨੂ ਪ੍ਰਿਗੂਸ ਪਲਾਨਾ ਦਾਸਾਜ ਨੂੰ ਦਾਹਾ ਵੀ ਕਿਹਾ ਜਾਂਦਾ ਹੈ ਦਰਸਾਜ ਹੋ ਗਿਆ ਮਸਾਜ ਹੋ ਗਿਆ ਪਰਸ ਹੋ ਗਿਆ ਪਨਿਸ ਪਰਨੀ ਇਹ ਪ੍ਰਮੁੱਖ 10 ਰਾਜਾਂ ਵਿੱਚ ਆਉਂਦੇ ਸੀਗੇ ਔਰ ਇੱਥੇ ਜਿੱਤ ਜਿਹੜੀ ਹੈ ਉਹ ਤ੍ਰਿਸਟੂ ਦੀ ਹੁੰਦੀ ਹੈ ਤ੍ਰਿਸਟੂ ਜਿਹੜਾ ਉਹ ਭਾਰਤ ਦੇ ਇਸ ਖੇਤਰ ਦੇ ਵਿੱਚ ਜਿੱਤ ਹਾਸਲ ਕਰ ਲੈਂਦਾ ਹੈ ਕਿਉਂਕਿ ਜੋ 10 ਰਾਜਾਂ ਦੇ ਹਿੱਸੇ ਦੇ ਵਿੱਚ ਆਉਂਦੀ ਸੀਗੀ ਇਸ 10 ਰਾਜਾਂ ਦੇ ਯੁੱਧ ਦਾ ਜ਼ਿਕਰ ਜਿਹੜਾ ਹੈ ਸਭ ਤੋਂ ਪਹਿਲਾਂ ਰਗਵੇਦ ਦੇ ਵਿੱਚ ਕੀਤਾ ਗਿਆ ਹੈ ਤੇ ਰਗਵੇਦ ਦੇ 7ਵੇਂ ਮੰਡਲ ਦੇ ਵਿੱਚ ਇਹਦਾ ਜ਼ਿਕਰ ਕੀਤਾ ਹੋਇਆ ਹੈ ਕਾਕਾ ਓਕੇ ਰਗਵੇਦ ਦੇ 7ਵੇਂ ਮੰਡਲ ਦੇ ਵਿੱਚ ਇਸ 10 ਰਾਜਾਂ ਦੇ ਯੁੱਧ ਦਾ ਜਿਹੜਾ ਹੈ ਜ਼ਿਕਰ ਕੀਤਾ ਗਿਆ ਹੈ ਨੈਕਸਟ ਹੈ ਚੌਥਾ ਨੰਬਰ ਵੇਦਾਂ ਦੇ ਵਿੱਚ ਪੰਜਾਬ ਨੂੰ ਕੀ ਕਿਹਾ ਗਿਆ ਹੈ ਪੰਜ ਆਪ ਪੰਜ ਨਾਦ ਸप्त सिद्धੂ ਯੰਤਰਵੀ ਵੇਦਾਂ ਦੇ ਵਿੱਚ ਜਾਂ ਰਗਵੇਦਿਕ period ਦੇ ਦੌਰਾਨ ਪੰਜਾਬ ਨੂੰ ਸप्त सिद्धੂ ਦਾ ਨਾਮ ਦਿੱਤਾ ਗਿਆ ਹੈ ਕਿਉਂਕਿ ਉਸ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਸੱਤ ਦਰਿਆ ਸੀਗੇ ਤਾਂ ਕਰਕੇ ਇਸ ਨੂੰ ਜਿਹੜਾ ਹੈ ਸप्त सिद्धੂ ਦਾ ਨਾਮ ਜਿਹੜਾ ਉਹ ਦਿੱਤਾ ਗਿਆ ਸੀਗਾ ਪੰਜਾਬ ਦੇ ਵੱਖਰੇ ਵੱਖਰੇ ਨਾਮ ਰਹੇ ਆ ਜਿਵੇਂ ਕਿ ਰਗਵੇਦਿਕ ਕਾਲ ਦੇ ਵਿੱਚ ਸਤ ਸਿੱਧੂ ਕਿਹਾ ਜਾਂਦਾ ਸੀ ਮਹਾਕਾਵ ਰੋਮਾਂਨ ਤੇ ਮਹਾਭਾਰਤ ਦੇ ਵਿੱਚ ਇਸ ਨੂੰ ਪੰਚਨੰਦ ਯਾਨੀ ਕਿ ਪੰਜ ਨਦੀਆਂ ਦੀ ਧਰਤੀ ਯੂਨਾਨੀਆਂ ਨੇ ਇਸ ਨੂੰ ਪੈਟਾਪੋਟਾਮੀਆ ਕਿਹਾ ਹੈਗਾ ਇਸ ਤਲਾਬ ਮੱਧ ਕਾਲ ਦੇ ਵਿੱਚ ਇਸ ਨੂੰ ਲਾਹੌਰ ਸੂਬਾ ਕਿਹਾ ਗਿਆ ਹੈਗਾ ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਰਾਜ ਕਿਹਾ ਇਸ ਨੂੰ ਅਤੇ 1849 ਦੇ ਵਿੱਚ ਇਸ ਨੂੰ ਪੰਜਾਬ ਪ੍ਰਾਂਦਾ ਨਾਮ ਦਿੱਤਾ ਅੰਗਰੇਜ਼ਾਂ ਦੇ ਦੁਆਰਾ ਤੇ ਸਾਲ 1950 ਦੇ ਵਿੱਚ ਇਹਦਾ ਨਾਮ ਪੰਜਾਬ ਪਿਆ ਜਾਂਦਾ ਹੈ ਇਹ ਮੈਂ ਬਾਕੀ ਪਿਛਲੀ ਕਲਾਸਾਂ ਚ ਵੀ ਕਰਵਾਇਆ ਹੋਇਆ ਪੂਰਾ ਡਿਟੇਲ ਚ ਸੁਫਲਕ ਬਾਕੀ ਜਿਹੜਾ ਇਹਦੇ ਵਿੱਚ ਮੈਂ ਇੱਕ ਵਾਰ ਤੁਹਾਨੂੰ ਹਾਈਲਾਈਟ ਜਿਹੜੇ ਉਹ ਕਰ ਦਿੱਤੇ ਸੋ ਇਹ ਪੰਜਾਬ ਦੇ ਕਈ ਸਾਰੇ ਜਿਹੜੇ ਨਾਮ ਨੇ ਜੋ ਵੱਖਰੇ ਵੱਖਰੇ ਸਮੇਂ ਦੇ ਉੱਪਰ ਵੱਖਰੇ ਵੱਖਰੇ ਵਿਅਕਤੀਆਂ ਨੇ ਰੱਖੇ ਹੋਏ ਸੀਗੇ ਨੈਕਸਟ ਸਟੈਪ ਹੈ ਨੰਬਰ ਪੰਜਾਬ ਦੇ ਵਿੱਚ ਆਰੀਆ ਦੇ ਆਉਣ ਦਾ ਸਮਾਂ ਕਿ ਨਿਸ਼ਚਿਤ ਕੀਤਾ ਗਿਆ ਹੈ 6 1600 ਈਸਵੀ ਪੂਰਵ 600 ਈਸਵੀ ਪੂਰਵ 2000 ਈਸਵੀ ਪੂਰਵ ਜਾਂ 1500 ਈਸਵੀ ਪੂਰਵ ਪੰਜਾਬ ਦੇ ਵਿੱਚ ਆਰੀਆਂ ਦਾ ਜਾਂ ਆਰੀਅਨ ਲੋਕਾਂ ਦੇ ਆਉਣ ਦਾ ਸਮਾਂ ਜਿਹੜਾ ਉਹ ਨਿਸ਼ਚਿਤ ਕੀਤਾ ਗਿਆ ਹੈ 1500 ਇਸ ਬੀ ਪੂਰਵ ਮੰਨਿਆ ਜਾਂਦਾ ਹੈ ਕਿ ਸਿੰਧੂ ਘਾਟੀ ਦੀ ਸਭਿਤਾ ਦੇ ਸਮੇਂ ਤੋਂ ਬਾਅਦ ਜਦੋਂ ਸਿੰਧੂ ਘਾਟੀ ਦੀ ਸਭਿਤਾ ਖਤਮ ਹੋ ਜਾਂਦੀ ਹੈ ਤਾਂ ਉਹਦੇ ਤੋਂ ਬਾਅਦ ਆਰੀਅਨ ਲੋਕ ਭਾਰਤ ਦੇ ਵਿੱਚ ਵਿਜਿਟ ਕਰਦੇ ਹੈਗੇ ਨੇਗੇ ਆਰੀਅਨ ਲੋਕਾਂ ਦੇ ਹਮਲੇ ਕਰਨ ਕਰਕੇ ਵੀ ਮੰਨਿਆ ਜਾਂਦਾ ਹੈ ਕਿ ਭਈ ਸਿੰਧੂ ਘਾਟੀ ਦੀ ਸਭਿਤਾ ਜਿਹੜੀ ਉਹ ਖਤਮ ਹੋ ਗਈ ਸੀਗੀ ਤਾਂ ਇੱਥੇ ਇਹ ਸਮਾਂ ਐਗਜ਼ੈਕਟ ਮੰਨਿਆ ਜਾਂਦਾ ਹੈ 1500 ਇਸ ਬੀ ਪੂਰਵ ਦੇ ਦਰਮਿਆਨ ਇਹੀ ਅੱਗੇ ਰਗਵੇਦਿਕ ਕਾਲ ਦਾ ਜਿਹੜਾ ਪੀੜਾ ਉਹ ਸ਼ੁਰੂ ਕਰਦੇ ਹੈਗੇ ਨੇ ਤਾਂ ਇਹਨੂੰ ਲੈ ਕੇ ਵੱਖਰੇ ਵੱਖਰੇ ਇਤਿਹਾਸਕਾਰਾਂ ਦੇ ਵਿੱਚ ਵੱਖਰੇ ਵੱਖਰੇ ਵਿਚਾਰ ਨੇ ਕੁਝ ਇਹਨਾਂ ਨੂੰ ਮੂਲ ਨਿਵਾਸੀ ਮੰਨਦੇ ਆ ਕੋਈ ਦੱਖਣੀ ਅੰਟਾਰਕਟਿਕਾ ਤੋਂ ਮੰਨਦੇ ਹੈਗੇ ਅੱਗੇ ਠੀਕ ਆ ਕੋਈ ਚੀਨ ਤੋਂ ਮੰਨਦਾ 16 ਲਗ ਲਗ ਜਿਹੜੇ ਵਿਚਾਰ ਹੋ ਇਹਨਾਂ ਦੇ ਬਾਰੇ ਹੈਗੇ ਨੇ ਤਾਂ ਇਹ 1500 ਇਸਵੀ ਪੂਰਵ ਦੇ ਵਿੱਚ ਪੰਜਾਬ ਦੇ ਵਿੱਚ ਪ੍ਰਵੇਸ਼ ਕਰਦੇ ਆ ਅਤੇ ਅਫਗਾਨਿਸਤਾਨ ਦੇ ਰਸਤੇ ਰਾਹੀ ਇਹ ਭਾਰ ਦੇ ਵਿੱਚ ਐਂਟਰ ਹੁੰਦੇ ਆ ਆ ਕੁਐਸਚਨ ਵੀ ਕਾਫੀ ਆਉਂਦਾ ਹੁੰਦਾ ਹੈ ਅਫਗਾਨਿਸਤਾਨ ਦੇ ਰਸਤੇ ਰਾਹੀ ਇਹ ਭਾਰ ਦੇ ਵਿੱਚ ਐਂਟਰ ਹੁੰਦੇ ਆ ਤੇ ਆਰੀਆ ਸ਼ਬਦੀ ਸਭ ਤੋਂ ਪਹਿਲੀ ਵਰਤੋਂ ਸਾਲ 1771 ਦੇ ਵਿੱਚ ਕੀਤੀ ਗਈ ਸੀਗੀ ਆਰੀਆ ਸ਼ਬਦ ਸੰਸਕ੍ਰਿਤ ਦਾ ਪਸ਼ਬਦ ਹੈਗਾ ਤੇ ਆਰੀਆ ਨੂੰ ਵਿਲੀਅਮ ਜੋਨਸ ਨੇ ਸਾਲ 1794 ਦੇ ਵਿੱਚ ਮਨੂ ਦੇ ਭਾਰਤੀ ਕਾਨੂੰਨਾਂ ਦੇ ਅਨੁਵਾਦ ਦੇ ਵਿੱਚ ਨੋਬਲ ਦੇ ਵਜੋਂ ਜਿਹੜਾ ਹੈ ਉਹ ਅਨੁਵਾਦ ਕੀਤਾ ਸੀਗਾ ਆਰੀਆ ਦਾ ਮਤਲਬ ਹੈ ਜੀ ਸਰਵ ਸ੍ਰੇਸ਼ਟ ਬਹਾਦਰ ਅਤੇ ਰिष्ट पुष्ट ਜਿਹੜੇ ਵਿਅਕਤੀ ਸੀਗੇ ਓਕੇ 66 ਨੰਬਰ ਹੈ ਜੀ ਹੇਠ ਲਿਖਨ ਦੇ ਵਿੱਚੋਂ ਕਿਹੜੀ ਥਾਂ ਸਿੰਧ ਘਾਟੀ ਦੀ ਸਭਿਤਾ ਦੇ ਨਾਲ ਸੰਬੰਧਿਤ ਨਹੀਂ ਹੈ ਕਾਲੀਵੰਗਾ ਤੋਲਾਵੀਰਾ ਜਲੰਧਰ ਜਾਂ ਕੋਟਲਾ ਨਿਹੰਗਖਾਂ ਤਾਂ ਇਹਨਾਂ ਦੇ ਵਿੱਚੋਂ ਸਿੰਧ ਘਾਟੀ ਦੀ ਸਥਾਨ ਦੇ ਨਾਲ ਸੰਬੰਧਿਤ ਨਹੀਂ ਹੈ ਜਿਹੜਾ ਖੇਤਰ ਉਹ ਆ ਜਾਂਦਾ ਹੈ ਜੀ ਜਲੰਧਰ ਸੋ ਜਲੰਧਰ ਦੇ ਵਿੱਚ ਕੋਈ ਸਥਾਨ ਨਹੀਂ ਹੈ ਸਿੰਧ ਘਾਟੀ ਦੀ ਸਭਿਤਾ ਦੇ ਨਾਲ ਬਟ ਕਾਲੀਵੰਗਾ ਦੇ ਵਿੱਚ ਤੋਲਾਵੀਰ ਦੇ ਵਿੱਚ ਕੋਟਾ ਨਿਹੰਗਖਾਂ ਵਿਖੇ ਜਿਹੜਾ ਹੈ ਸਿੰਧ ਘਾਟੀ ਦੀ ਸਭਿਤਾ ਦੇ ਅਵਿਸ਼ੇਸ਼ ਮਿਲੇ ਹੈਗੇ ਕਿ ਤੇ ਸੰਬੰਧਿਤ ਹੈ ਉਹ ਇਸ ਖੇਤਰ ਦੇ ਨਾਲ ओके ਕਾਲੀ ਬੰਗਾ ਜਿਹੜਾ ਸਾਲ 1953 ਦੇ ਵਿੱਚ ਇੱਕ ਖੋਜ ਦੇ ਦੁਆਰਾ ਜਿਹੜਾ ਉਹ ਖੋਜਿਆ ਗਿਆ ਸੀਗਾ ਇਹ ਰਾਜਸਥਾਨ ਵਾਲੇ ਖੇਤਰ ਚ ਪੈ ਜਾਂਦਾ ਹੈ ਨੈਕਸਟ ਆਪਣੇ ਕੋਲੇ 67 ਨੰਬਰ ਕੋਟਲਨ ਹਿੰਗਖਾਂ ਜਿੱਥੋਂ ਸਿੰਧ ਘਾਟੀ ਦੇ ਅਵਿਸ਼ੇਸ਼ ਮਿਲੇ ਨੇ ਪੰਜਾਬ ਦੇ ਕਿਹੜੇ ਜ਼ਿਲ੍ਹੇ ਚ ਸੰਗਰੂਰ ਚ ਹੈ ਰੂਪਨਗਰ ਚ ਹੈ ਫਤਿਹਗੜ ਸਾਹਿਬ ਚ ਹੈ ਪਟਿਆਲਾ ਚ ਹੈ ਕੋਟਲਾ ਨਹਿਗਖਾਨ ਜਿੱਥੋਂ ਸਿੰਧ ਘਾਟੂ ਦੇ ਅਵਿਸ਼ੇਸ਼ ਮਿਲੇ ਨੇ ਇਹ ਸਥਿਤ ਹੈ ਜੀ ਰੂਪਨਗਰ ਜ਼ਿਲ੍ਹੇ ਦੇ ਵਿੱਚ ਤਾਂ ਰੂਪਨਗਰ ਜ਼ਿਲ੍ਹੇ ਦੇ ਵਿੱਚ ਜਾਂ ਰੋਪੜ ਦੇ ਵਿੱਚ ਉਸ ਨੂੰ ਜਿਹੜਾ ਪਾਇਆ ਗਿਆ ਹੈ ਇੱਕ ਸੰਘੋਲ ਆ ਜਾਂਦਾ ਹੈ ਉਹ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਜਾਂ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਵਿੱਚ ਪਾਇਆ ਜਾਂਦਾ ਹੈ ਤਾਂ ਦੋ ਇਹ ਆਪਣੇ ਜਿਹੜੇ ਪੰਜਾਬ ਦੇ ਖੇਤਰ ਰਹਿੰਦੇ ਹੈ ਕੋਟਲਾ ਨਹਿਗਖਾਨ ਸਾਲ 1953 ਦੇ ਵਿੱਚ ਵਾਈ ਡੀ ਸ਼ਰਮਾ ਦੇ ਦੁਆਰਾ ਖੋਜਿਆ ਗਿਆ ਸਥਾਨ ਹੈਗਾ ਜਿਹੜਾ ਕਿ ਰੋਪੜ ਜਾਂ ਰੂਪਨਗਰ ਦੇ ਵਿੱਚ ਸਥਿਤ ਹੈ ਤੇ ਇਹ ਸ਼ਹਿਰ ਜਿਹੜਾ ਹੈ ਇਹ ਤਕਰੀਬਨ ਸਤਲੁਜ ਨਦੀ ਦੇ ਕੰਡੇ ਦੇ ਉੱਪਰ ਸਥਿਤ ਹੈਗਾਗਾ ਓਕੇ ਨੈਕਸਟ ਹੈ ਜੀ ਆਪਣੇ ਕੋਲੇ 68 ਨੰਬਰ ਭਾਰ ਦੇ ਵਿੱਚ ਕਿੰਨੇ ਖੇਤਰਾਂ ਦੇ ਵਿੱਚ ਸਿੰਧ ਘਾਟੀ ਨੂੰ ਖੋਜਿਆ ਗਿਆ ਹੈ 1428 1052 1028 ਜਾਂ ਫਿਰ 825 ਅਪਾ ਪੜਿਆ ਸੀਗਾ ਲਾਸਟ ਸੈਸ਼ਨ ਦੇ ਵਿੱਚ ਕਿ ਸਿੰਧੂ ਘਾਟੀ ਦੀ ਸੱਭਤਾ ਨੂੰ ਲੈ ਕੇ ਹੁਣ ਤੱਕ ਭਾਰਤ ਤੇ ਪਾਕਿਸਤਾਨ ਦੋਨਾਂ ਦੇ ਵਿੱਚ ਤਕਰੀਬਨ 1400 ਪਲੱਸ ਜਿਹੜੇ ਸਥਾਨ ਆ ਖੋਜੇ ਜਾ ਚੁੱਕੇ ਨੇ ਉਹਨਾਂ ਦੇ ਵਿੱਚੋਂ ਭਾਰਤ ਦੇ ਵਿੱਚ ਜਿਹਨਾਂ ਦੀ ਸੰਖਿਆ ਤਕਰੀਬਨ 1052 ਦੇ ਕਰੀਬ ਹੈ ਯਾਨੀ ਕਿ 400 ਦੇ ਕਰੀਬ ਜਿਹੜਾ ਹੈ ਉਹ ਪਾਕਿਸਤਾਨ 'ਚ ਪੈ ਜਾਂਦਾ ਬਾਕੀ ਸਾਰਾ ਇਹਦਾ ਸਾਰਾ ਖੇਤਰ ਜਿਹੜਾ ਹੈ ਉਹ ਭਾਰਤ ਵਾਲੇ ਖੇਤਰ ਦੇ ਵਿੱਚ ਪੈ ਜਾਂਦਾ ਹੈਗਾ ਠੀਕ ਹੈ ਜਿਵੇਂ ਕਿ ਕੁੱਲ ਆਪਾਂ ਦੇਖਦੇ ਹਾਂ ਵਰਤਮਾਨ ਡਾਟ ਅਕੋਰਡਿੰਗ ਕਿ 1400 ਖੇਤਰ ਜਿਹੜਾ ਹੈ ਉਹ ਖੋਚਿਆ ਜਾ ਚੁੱਕਿਆ ਹੈਗਾ ਤੇ ਇਹਦੇ ਵਿੱਚੋਂ ਭਾਰਤ ਦੇ ਵਿੱਚੋਂ 1052 ਸਥਾਨ ਮਿਲੇ ਹੈਗੇ ਤੇ ਇਸ ਤੋਂ ਇਲਾਵਾ ਭਾਰਤ ਦੇ ਵਿੱਚ ਸਭ ਤੋਂ ਵੱਧ ਕੇਂਦਰੇ ਦੇ ਗੁਜਰਾਤ ਦੇ ਵਿੱਚ ਮਿਲਿਆ तकरीबन तकरीबन 300 ਦੇ ਕਰੀਬ ਜਿਹੜੇ ਹੈ ਇਹ ਸਥਾਨ ਜਿਹੜੇ ਆ ਉਹ ਮਿਲੇ ਹੈਗੇ ਓਕੇ ਨੈਕਸਟ ਆਉਣਾ 39 ਨੰਬਰ ਹੜੱप्पा ਯੁੱਗ ਦੀ ਖੋਜ ਫਤਿਹਗੜ੍ਹ ਸਾਹਿਬ ਦੇ ਵਿੱਚ ਕਿੱਥੇ ਲੱਭੀ ਗਈ ਹੈ ਮਹਨਜੋਦੜੋ ਕੋਟਨਹਿੰਗਖਾਂ ਮਮੂਲ ਜਾਂ ਸੰਘੋਲ ਤਾਂ ਸੰਘੋਲ ਦਾ ਜਿਹੜਾ ਹੈ ਸਥਾਨ ਇਹ ਫਤਿਹਗੜ੍ਹ ਸਾਹਿਬ ਦੇ ਵਿੱਚ ਪਿਆ ਜਾਂਦਾ ਹੈ ਹੜੱਪਾ ਯੁੱਗ ਦੀ ਇਹ ਪ੍ਰਮੁੱਖ ਸਥਾਨਾ ਜੋ ਫਤਿਹਗੜ੍ਹ ਸਾਹਿਬ ਦੇ ਵਿੱਚ ਪੈਂਦਾ ਹੈ ਸੰਘੋਲ ਜਿਹੜਾ ਹੈਗਾ ਇਹਨੂੰ ਸਾਲ 1968 ਦੇ ਵਿੱਚ ਖੋਜਿਆ ਗਿਆ ਸੀ ਐਸਐਸ ਤਲਵਾਰ ਜਾਂ ਆਰਐਸ ਬਿਸਤ ਦੇ ਦੁਆਰਾ ਇਸ ਨੂੰ ਖੋਜਿਆ ਗਿਆ ਇਹ ਲੁਧਿਆਣਾ ਡਿਸਟ੍ਰਿਕਟ ਚ ਹੈ ਅੱਛਾ ਇਹਨੂੰ ਮਤਲਬ ਕਈ ਜਗ੍ਹਾ ਤੇ ਅਲੱਗ-ਅਲੱਗ ਮਿਲਦਾ ਹੈ ਸੋ ਵੈਸੇ ਇਹ ਫਤਿਹਗੜ੍ਹ ਸਾਹਿਬ ਦੇ ਵਿੱਚ ਪੈਂਦਾ ਹੈ ਵਰਤਮਾਨ ਸਮੇਂ ਜੇਕਰ ਆਪਾਂ ਗੱਲ ਕਰੀਏ ਠੀਕ ਹੈ ਫਤਿਹਗੜ੍ਹ ਸਾਹਿਬ ਦੇ ਵਿੱਚ ਹੀ ਪੈਂਦਾ ਬਟ ਦੋਨੋਂ ਹੀ ਆਪਾਂ ਨੂੰ ਆਪਸ਼ਨ ਦੇਖਣ ਨੂੰ ਮਿਲ ਹੈ ਅਗਰ ਹੋਰ ਕੋਈ ਬੁੱਕ ਜਿੰਮੇ ਹਾਈ ਲੈਵਲ ਦੀ ਪੜੋਗੇ ਤਾਂ ਤਫਤ ਫਤਿਹ ਘਟ ਸਾਬ ਜਿਹੜਾ ਉਹ ਦੇਖ ਨੂੰ ਮਿਲਦਾ ਹੈ ਓਕੇ ਮੈਂ ਤੁਹਾਨੂੰ ਵੈਸੇ ਮੈਂਸ਼ਨ ਕਰ ਦਿੱਤੇ ਹੈ ਨੈਕਸਟ ਆਪਣੇ ਕੋਲੇ 70 ਨੰਬਰ ਹੜੱਪਾ ਕਿਹੜੀ ਨਦੀ ਦੇ ਕਿਨਾਰੇ ਦੇ ਉੱਪਰ ਬਸਿਆ ਸਤਲੁਜ ਦੇ ਰਾਵੀ ਦੇ ਜੇਲਮ ਦੇ ਜਾਂ ਜਮੁਨਾ ਦੇ ਹੜੱਪਾ ਇਹਨਾਂ ਦੇ ਵਿੱਚੋਂ ਰਾਵੀ ਦਰਿਆ ਦੇ ਕੰਢੇ ਦੇ ਉੱਪਰ ਬਸਿਆ ਹੋਇਆ ਨਗਰ ਹੈ ਹੜੱਪਾ ਸਿੰਧੂ ਘਾਟੀ ਦੇ ਸਭ ਤੋਂ ਪਹਿਲਾ ਨਗਰ ਸੀਗਾ ਜੋ ਕਿ ਖੋਜਿਆ ਗਿਆ ਸੀਗਾ ਹੜੱਪਾ ਦੀ ਖੋਜ ਸਾਲ 1921 ਦੇ ਵਿੱਚ ਆਰ.ਬੀ. ਦਿ亚ਰਾਮਸਾਨੀ ਦੇ ਦੁਬਾਰਾ ਕੀਤੀ ਗਈ ਸੀਗੀ ਹੜੱਪਾ ਦਾ ਨਗਰ ਜਿਹੜਾ ਉਹ ਮਿੰਟ ਗੁਮਰੀ ਜ਼ਿਲ੍ਹੇ ਦੇ ਵਿੱਚ ਪੈ ਜਾਂਦਾ ਜੋ ਪਾਕਿਸਤਾਨ ਦੇ ਵਿੱਚ ਸਥਿਤਤਾ ਤੇ ਹੈ ਰਾਵੀ ਨਦੀ ਦੇ ਕੰਡੇ ਦੇ ਉੱਪਰ ਸਥਿਤ ਸ਼ਹਿਰ ਹੈਗਾਗਾ ਹੜੱਪਾ ਨਗਰ ਸਭ ਤੋਂ ਪਹਿਲਾਂ ਖੋਜਿਆ ਗਿਆ ਨਗਰ ਹੈ ਸਿੰਧੂ ਘਾਟੀ ਦੀ ਸਭਿਅਤਾ ਦਾ ਇਸੇ ਕਾਰਨ ਕਰਕੇ ਕਈ ਵਾਰ ਇਸ ਸਭਿਅਤਾ ਨੂੰ ਹੜੱਪਾ ਦੀ ਸਭਿਅਤਾ ਵੀ ਕਹਿ ਦਿੱਤਾ ਜਾਂਦਾ ਹੈ ਇਹ ਸਭ ਤੋਂ ਵੱਡੇ ਨਗਰਾਂ ਦੇ ਵਿੱਚੋਂ ਇੱਕ ਨਗਰ ਹੈ ਜੀ ਨੈਕਸਟ ਆਪਣੇ ਕੋਲ 71 ਨੰਬਰ ਕਿਹੜੇ ਪਹਿਲੇ ਮੁਸਲਮਾਨ ਹਾਕਮ ਨੇ ਮਲਤਾਨ ਦੇ ਉੱਪਰ ਜਿੱਤ ਹਾਸਲ ਕੀਤੀ? ਮਹਿਮੂਦ ਗਜ਼ਨਵੀ ਨੇ, ਮੁਹੰਮਦ ਬਿਨ ਕਾਸਮ ਨੇ, ਖਲੀਫਾ ਉਮੈਦ ਨੇ ਜਾਂ ਤੈਮੂਰ ਨੇ? ਮੁਸਲਮਾਨ ਪੁੱਛਿਆ ਗਿਆ ਜਿਹਨੇ ਮਲਤਾਨ ਜਾਨੀ ਪੰਜਾਬ ਦੇ ਉੱਪਰ ਹਮਲਾ ਕੀਤਾ ਸਭ ਤੋਂ ਪਹਿਲਾਂ ਤੇ ਜਿੱਤ ਹਾਸਲ ਕੀਤੀ ਇਹ ਮੁਹੰਮਦ ਬਿਨ ਕਾਸਮ ਹੈ। ਮੁਹੰਮਦ ਬਿਨ ਕਾਸਮ ਹੀ ਪਹਿਲਾ ਅਰਬ ਵਾਸੀ ਹੈ ਜੋ ਸਾਡੇ ਭਾਰਤ ਦੇ ਉੱਪਰ ਹਮਲਾ ਕਰਦਾ ਹੈਗਾ। ਮੁਹੰਮਦ ਬਿਨ ਕਾਸਮ ਜਿਹੜਾ ਹੈ ਇਹ ਮਿਲਟਰੀ ਕਮਾਂਡਰ ਸੀਗਾ ਜੀ ਇੱਕ ਅਰਬ ਵਾਸੀ ਸੀਗਾ ਤੇ ਤਕਰੀਬਨ 712 ਈਸਵੀ ਦੇ ਵਿੱਚ 712 ਈਸਵੀ ਦੇ ਵਿੱਚ ਇਸਨੇ ਮਲਤਾਨ ਦੇ ਉੱਪਰ ਪਹਿਲਾ ਹਮਲਾ ਕਰਕੇ ਜਿਹੜਾ ਹੈ ਭਾਰਤ ਦੇ ਉੱਪਰ ਜਿੱਤ ਹਾਸਲ ਕੀਤੀ ਸੀਗੀ ਅਤੇ ਇਸਨੇ ਖਲੀਫਾ ਉਮਜ਼ਾਦ ਦੇ ਕਹਨਦੇ ਉੱਪਰ ਜਿਹੜਾ ਹੈ ਇਹ ਹਮਲਾ ਕੀਤਾ ਸੀ ਕਿਉਂਕਿ ਉਹਦਾ ਜਰਨਲ ਸੀਗਾ ਇਸ ਕਾਰਨ ਕਰਕੇ ਇਸਨੇ ਉਸ ਖੇਤਰ ਦੇ ਵਿੱਚ ਹਸਲਤ ਅਤੇ ਮਲਤਾਨ ਦੇ ਉੱਪਰ ਜਿੱਤ ਕਰ ਲਿਆ ਹੈ ਹਸਮ ਜੀ ਮੁਹੰਮਦ ਬਿਨ ਕਾਸਮ ਜਿਹੜਾ ਹੈ ਇਹ ਭਾਰ ਦੇ ਉੱਪਰ ਜਾਂ ਮਲਤਾਨ ਦੇ ਉੱਪਰ ਜਿੱਤ ਹਾਸਲ ਕਰਦਾ ਹੈ ਤੇ ਜਿੱਤ ਹਾਸਲ ਕਰਨ ਤੋਂ ਬਾਅਦ ਕੁਝ ਸਮੇਂ ਬਾਅਦ ਇਹਨੂੰ ਵਾਪਸ ਜਾਣਾ ਪੈ ਜਾਂਦਾ ਹੈ ਜਿਹਦੇ ਕਾਰਨ ਕਰਕੇ ਇਹ ਭਾਰ ਦੇ ਵਿੱਚ ਅਰਬ ਵਸੀਆਂ ਦੀ ਜਿਹੜੀ ਕਹਿ ਸਕਦੇ ਆ ਵੰਸ਼ਾ ਉਹਨੂੰ ਸਟੈਬਲਿਸ਼ ਨਹੀਂ ਕਰ ਸਕਦਾ ਜਿਹਦੇ ਕਾਰਨ ਕਰਕੇ ਉਸ ਤੋਂ ਬਾਅਦ ਫਿਰ ਮਹਿਮੂਦ ਗਜ਼ਨਵੀ ਮੁਹੰਮਦ ਗੋਰੀ ਵਰਗੇ ਜਿਹੜੇ ਵਿਅਕਤੀ ਆਉਂਦੇ ਹੈਗੇ ਜੋ ਇਸਲਾਮ ਨੂੰ ਜਿਹੜਾ ਪੱਕੇ ਤੌਰ ਦੇ ਉੱਪਰ ਸਟੈਬਲਿਸ਼ ਕਰਾਉਂਦੇ ਆ ਪਰ ਇਹ ਮੁਸਲਮਾਨ ਪਹਿਲਾ ਹੈ ਜੋ ਭਾਰ ਦੇ ਉੱਪਰ ਹਮਲਾ ਕਰਦਾ ਹੈ ਠੀਕ ਹੈ ਜਾਂ ਪੰਜਾਬ ਦੇ ਉੱਪਰ ਨੈਕਸਟ ਹੈ 72 ਨੰਬਰ ਹਰਸ਼ਵਰਧਨ ਸਮੇਂ ਕਿਹੜਾ ਚੀਨੀ ਯਾਤਰੀ ਭਾਰਤ ਆਇਆ ਸੀ ਮੈਗਸਥਨੀਜ ਫਾਹੀਜਾਨ ਅਲਬਰੂਨੀ ਜਾਂ ਹਿਊਨ ਸੰਗ ਹਰਸ਼ਵਰਧਨ ਜਿਹੜਾ ਹੈ ਇਹਦੇ ਸਮੇਂ ਦੇ ਵਿੱਚ ਚੀਨੀ ਯਾਤਰੀ ਆਇਆ ਸੀਗਾ ਜੇਕਰ ਹਿਊਨ ਸੰਗ ਹਰਸ਼ਵਰਧਨ ਜਿਹੜਾ ਹੈ ਵਰਦਨ ਵੰਸ਼ ਦਾ ਸਭ ਤੋਂ ਸ਼ਕਤੀਸ਼ਾਲੀ ਸ਼ਾਸਕ ਰਿਹਾ ਸੀ ਜਤੇ ਹਰਸ਼ਵਰਧਨ ਦਾ ਕਹਿੰਦੇ ਸਭ ਤੋਂ ਵੱਡੇ ਦਾਨੀਆਂ ਦੇ ਵਿੱਚੋਂ ਇਸ ਨੂੰ ਕਾਊਂਟ ਕੀਤਾ ਜਾਂਦਾ ਕਿਉਂਕਿ ਕਹਿੰਦੇ ਇੱਕ ਸਮੇਲਨ ਜਾਨਕੀ ਪ੍ਰਯਾਗ ਦੇ ਵਿੱਚ ਇੱਕ ਸਮੇਲਨ ਹੋਇਆ ਸੀਗਾ ਉਸ ਸਮੇਲਨ ਦੇ ਵਿੱਚ ਹਰਸ਼ਵਰਧਨ ਨੇ ਆਪਣੇ ਜਿਹੜੇ ਕੱਪੜੇ ਤੱਕ ਵੀ ਜਿਹੜੇ ਉਹ ਦਾਨ ਦਿੱਤੇ ਸੀਗੇ ਇਸ ਤੋਂ ਇਲਾਵਾ ਹਰਸ਼ਵਰਧਨ ਨੇ ਹੀ ਭਾਰਤ ਦੇ ਵਿੱਚ ਇੱਕ ਕੁੰਭ ਦੇ ਮੇਲਾ ਜਿਹਨੂੰ ਕਿ ਆਪਾਂ ਮਹਾਕੁੰਭ ਵੀ ਕਹਿ ਦਿੰਨੇ ਹਨ ਉਹਦੀ ਸ਼ੁਰੂਆਤ ਕਰਨ ਵਾਲਾ ਵਿਅਕਤੀ ਵੀ ਜਿਹੜਾ ਹੈ ਉਹ ਹਰਸ਼ਵਰਧਨ ਹੀ ਹੈਗਾ ਕੁੰਭ ਦਾ ਮੇਲਾ ਉਹ ਇਹਦੇ ਦੁਬਾਰਾ ਸ਼ੁਰੂ ਕੀਤਾ ਗਿਆ ਸੀ ਦੇ ਦੇ ਸਮੇਂ ਦੇ ਵਿੱਚ ਆਇਆ ਸੀਗਾ ਹਿ ਉਹਨਾਂ ਚੀਨੀ ਯਾਤਰੀ ਸੀਗਾ ਅਤੇ ਬੁੱਧ ਧਰਮ ਦਾ ਭਿਕਸ਼ੂ ਸੀਗਾ ਜਾਨੀ ਕਿ ਬੁੱਧ ਧਰਮ ਦੇ ਵਿੱਚ ਆਪਣਾ ਵਿਸ਼ਵਾਸ ਰੱਖਦਾ ਸੀ ਤੇ ਹਰਸ਼ਵਰਧਨ ਦੇ ਰਾਜ ਦੌਰਾਨ ਇਹ ਭਾਰ ਦੇ ਵਿੱਚ ਆਇਆ ਸੀ ਤਕਰੀਬਨ ਤਕਰੀਬਨ 15 ਸਾਲਾਂ ਤੱਕ ਤੱਕ ਇਹ ਭਾਰ ਦੇ ਵਿੱਚ ਰਿਹਾ ਸੀਗਾ ਤੇ ਇਹਦੀ ਇੱਕ ਪੁਸਤਕ ਆਉਂਦੀ ਹੁੰਦੀ ਹੈ ਪੇਪਰ ਦੇ ਵਿੱਚ ਵੈਰੀ ਵੈਰੀ ਇੰਪੋਰਟੈਂਟ ਹੈ ਜੀ ਕਿ ਸੀ ਯੂ ਕੀ ਪੁਸਤਕ ਕਿਸ ਦੀ ਹੈ ਇਹ ਹੈ ਹਿਊਨ ਸੰਗ ਦੀ ਇਹਨੇ ਭਾਰ ਦੇ ਇਤਿਹਾਸ ਦੇ ਬਾਰੇ ਇਸ ਬੁੱਕ ਦੇ ਵਿੱਚ ਜਿਹੜਾ ਹੈ ਉਹ ਚਰਚਾ ਕੀਤੀ ਹੈ ਇਸ ਨੂੰ ਯਾਤਰੀਆਂ ਦਾ ਰਾਜਕੁਮਾਰ ਜਾਂ ਪ੍ਰਿੰਸਸ ਪ੍ਰਿੰਸ ਆਫ ਟਰੈਵਲਸ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ। ਆਹ ਕੁਐਸਚਨ ਵੀ ਪੇਪਰ 'ਚ ਆ ਵੀ ਧਿਆਨ ਰੱਖਣਾ ਠੀਕ ਹੈ। ਪ੍ਰਿੰਸ ਆਫ ਟਰੈਵਲਸ। ਸੋ ਇਸ ਨੂੰ ਕਿਹਾ ਜਾਂਦਾ ਜੀ ਹੀਉਨਸਾਂਗ ਨੂੰ। ਨੈਕਸਟ ਹੈ ਜੀ ਆਪਣੇ ਕੋਲ ਅਗਲਾ 73 ਨੰਬਰ ਕੁਐਸਚਨ ਉਤਰੀ ਭਾਰ ਦਾ ਅਖੀਰਲਾ Hindu ਰਾਜਾ ਕੌਣ ਸੀ? ਹਰਸ਼ਵਰਧਨ, ਪ੍ਰਿਥਵੀਰਾਜ ਚਹਾਨ, ਪੁਲੋਕੇਸ਼ਨ ਜਾਂ ਹਰਸ਼ਵਰਧਨ। ਸਰੀ ਰਾਜਵਰਦਨ ਤੇ ਅਰਸੋਦਨਾ ਹਾਂਜੀ ਲਾਸਟ ਵਾਲਾ ਜਾਂ ਅਖੀਲਾ ਹਿੰਦੂ ਰਾਜਾ ਭਾਰਤ ਦੇ ਉੱਪਰ ਰਾਜ ਕਰਨ ਵਾਲਾ ਸੀ ਪ੍ਰithvi ਰਾਜ ਚੋਹਾਨ ਇਸ ਤੋਂ ਬਾਅਦ ਮੁਸਲਮਾਨ ਇੰਟਰ ਹੋ ਜਾਂਦੇ ਆ ਸਾਡੇ ਭਾਰਤ ਦੇ ਵਿੱਚ ਮੁਸਲਮਨ ਕਮਿਊਨਿਟੀ ਜਿਹੜੀ ਉਹ ਰਾਜ ਕਰਦੀ ਹੈ ਇਸ ਰਾਜੇ ਨੂੰ ਲੈ ਕੇ ਪ੍ਰਥਵੀ ਰਾਜ ਚੋਹਾਨ ਨੂੰ ਲੈ ਕੇ ਜੋ ਕਿ ਚੋਹਾਨ ਵੰਸ਼ ਦਾ ਆਖਰੀ ਸ਼ਾਸਕ ਰਹਿੰਦਾ ਹੈ ਜਿਹਨੂੰ ਪ੍ਰਥਵੀ ਰਾਜ ਤੀਜਾ ਵੀ ਜਿਹੜਾ ਉਹ ਕਹਿ ਦਿੱਤਾ ਜਾਂਦਾ ਹੈਗਾ ਸੋ ਇਹਦੇ ਅੰਦਰ ਦੋ ਵਿਚਕਾਰ ਦੋ ਲੜਾਈਆਂ ਹੁੰਦੀਆਂ ਇੱਕ ਤਰੈਨ ਦੀ ਲੜਾਈ ਪਹਿਲੀ ਇੱਕ ਤਰੈਨ ਦੀ ਦੂਜੀ ਲੜਾਈ ਤਰੈਨ ਦੀ ਪਹਿਲੀ ਲੜਾਈ 1191 ਦੇ ਵਿੱਚ ਹੁੰਦੀ ਹੈ ਮੁਹੰਮਦ ਗੋਰੀ ਤੇ ਪ੍ਰਥਵੀ ਰਾਜ ਚੋਹਾਨ ਦੇ ਵਿਚਕਾਰ ਜਿਸ ਦੇ ਵਿੱਚ ਪ੍ਰਥਵੀ ਰਾਜ ਚੋਹਾਨ ਜਿਹੜਾ ਹੈ ਉਹ ਜੇਤੂ ਰਹਿੰਦਾ ਹੈ ਫਿਰ ਦੂਜੀ ਲੜਾਈ ਹੁੰਦੀ ਹੈ 1192 ਦੇ ਵਿੱਚ ਮੁਹੰਮਦ ਗੋਰੀ ਤੇ ਪ੍ਰਥਵੀ ਰਾਜ ਚੋਹਾਨ ਇਹਦੇ ਦੌਰਾਨ ਮੁਹੰਮਦ ਗੋਰੀ ਜੇਤੂ ਰਹਿੰਦਾ ਹੈ ਤੇ ਪ੍ਰਥਵੀ ਰਾਜ ਚਹਾਨ ਨੂੰ ਜਿਹੜਾ ਹੈ ਮਾਰ ਦਿੱਤਾ ਜਾਂਦਾ ਹੈ ਜਿਹਦੇ ਨਾਲ ਭਾਰਤ ਦੇ ਵਿੱਚ ਇਸਲਾਮ ਦੀ ਸਥਾਪਨਾ ਹੋ ਜਾਂਦੀ ਹੈ ਤੇ ਪਲੱਸ ਭਾਰਤ ਦੇ ਵਿੱਚੋਂ ਪ੍ਰਿਥਵੀ ਰਾਜ ਚਹਾਨ ਯਾਨੀ ਕਿ ਚਹਾਨ ਵੰਸ਼ ਜਿਹੜਾ ਹੈ ਉਹ ਖਤਮ ਕਰ ਦਿੱਤਾ ਜਾਂਦਾ ਹੈ ਤੇ ਮੁਸਲਮ ਕਮਿਊਨਿਟੀ ਜਿਹੜੀ ਆ ਉਹ ਸ਼ੁਰੂ ਹੋ ਜਾਂਦੀ ਹੈ ਨੈਕਸਟ ਆਪਣੇ ਕੋਲੇ 74 ਨੰਬਰ ਤੈਮੂਰ ਲੰਗ ਨੇ ਕਿਹੜੇ ਵਿਅਕਤੀ ਨੂੰ ਪੰਜਾਬ ਦਾ ਗਵਰਨਰ ਬਣਾਇਆ ਸੀਗਾ ਜੀ ਅਮੀਰ ਖਾਨ ਨੂੰ ਖੇਜ਼ਰ ਖਾਨ ਨੂੰ ਮੁਹੱਬਤ ਖਾਨ ਨੂੰ ਹਲੀਮ ਖਾਨ ਨੂੰ ਤੈਮੂਰ ਲੰਗ ਜੋ ਕਿ ਮੱਧਸ਼ੀਆ ਦਾ ਕਹਿ ਸਕਦੇ ਕ ਪ੍ਰਸਿੱਧ ਇਹ ਵਿਅਕਤੀ ਰਹਿ ਸੀ ਸੁਵਿਨੀ ਕਾਫੀ ਹਮਲੇ ਕੀ ਤਸੀਰ ਤਕਰੀਬਨ 1399 ਦੇ ਕਰੀਬ ਇਸ ਨੇ ਭਾਰਤ ਦੇ ਉੱਪਰ ਹਮਲਾ ਕੀਤਾ ਸੀਗਾ ਤੇ ਇਹਨੇ ਖਿਜ਼ਰ ਖਾਨ ਨੂੰ ਜਿਹੜਾ ਆਪਣਾ ਪੰਜਾਬ ਦਾ ਗਵਰਨਰ ਬਣਾ ਦਿੱਤਾ ਸੀ ਇਹ ਖਿਜ਼ਰ ਖਾਨ ਉਹੀ ਵਿਅਕਤੀ ਹੈ ਜਿਨੇ ਭਾਰਤ ਦੇ ਵਿੱਚ ਸਜਦ ਵੰਸ਼ ਦੀ ਸਥਾਪਨਾ ਕੀਤੀ ਸੀਗੀ ਜੋ ਕਿ ਦਿੱਲੀ ਵੰਸ਼ ਦੇ ਅਧੀਨ ਆਉਂਦਾ ਹੈ ਸਜਦ ਵੰਸ਼ ਦੀ ਸਥਾਪਨਾ ਕਰਨ ਵਾਲਾ ਵਿਅਕਤੀ ਇਹੀ ਹੈ ਜੋ ਕਿ 1400 ਦੇ ਵਿੱਚ ਸਥਾਪਨਾ ਕਰਦਾ ਹੈ ਤੇ 1452 ਦੇ ਵਿੱਚ ਜਾ ਕੇ ਇਸ ਸਜਦ ਵੰਸ਼ ਜਿਹੜਾ ਹੈ ਉਹ ਖਤਮ ਹੋ ਜਾਂਦਾ ਹੈ ਇਸ ਵੰਸ਼ ਦਾ ਜਿਹੜਾ ਸੰਸਥਾਪਕ ਰਹਿੰਦਾ ਹੈ ਉਹ ਖੇਦਰਖਾਂ ਹੀ ਰੰਦਾ ਹੈ ਸਜਦ ਪੰਛ ਦਾ ਨੈਕਸਟ ਹੈ ਜੀ ਅਗਲਾ ਇਹ ਦਿੱਲੀ ਸਲਤਨਤ ਦੇ ਪੰਜ ਵੰਸ਼ਾਂ ਦੇ ਵਿੱਚੋਂ ਇੱਕ ਵੰਸ਼ ਆ ਪਿਛਲੇ ਸ਼ਾਸਨ ਚ ਨੂੰ ਕਰਿਆ ਵੀ ਹੋਇਆ ਤੁਸੀਂ ਉੱਥੇ ਦੇਖ ਸਕਦੇ ਹੋ 75 ਨੰਬਰ ਹੈ ਜੀ ਭਾਰਤ ਦੀ ਸਭ ਤੋਂ ਪ੍ਰਾਤਨ ਪ੍ਰਸਿੱਧ ਯੂਨੀਵਰਸਿਟੀ ਕਿਹੜੀ ਹੈ ਕਨੌਜ ਯੂਨੀਵਰਸਿਟੀ ਗੰਦਾ ਗੰਧਾਰ ਯੂਨੀਵਰਸਿਟੀ ਨਲੰਦਾ ਯੂਨੀਵਰਸਿਟੀ ਜਾਂ ਵਿਵਸ਼ਾਲੀ ਯੂਨੀਵਰਸਿਟੀ ਭਾਰਤ ਦੀ ਦੁਨੀਆਂ ਦੀ ਵੀ ਸਭ ਤੋਂ ਪ੍ਰਾਚੀਨ ਤੇ ਬੈਸਟ ਯੂਨੀਵਰਸਿਟੀ ਰਹੀ ਹੈ ਨਲੰਦਾ ਯੂਨੀਵਰਸਿਟੀ ਜਿੱਥੇ ਕਿ ਬਹੁਤ ਸਾਰੇ ਇਤਿਹਾਸਕਾਰ ਵਿਦੇਸ਼ੀ ਜਿਹੜੇ ਕਹ ਸਕਦੇ ਆ ਸਕਾਲਰ ਸੀਗੇ ਉਹ ਇੱਥੇ ਆ ਕੇ ਪੜ੍ਹਦੇ ਸੀਗੇ ਕਿਉਂਕਿ ਇੱਕ ਇੱਕ ਯੂਨੀਵਰਸਿਟੀ ਸੀ ਦੁਨੀਆਂ ਦੇ ਵਿੱਚ ਨਲੰਦਾ ਯੂਨੀਵਰਸਿਟੀ ਨਲੰਦਾ ਯੂਨੀਵਰਸਿਟੀ ਦੀ ਸਥਾਪਨਾ 5ਵੀਂ ਸਦੀ ਈਸਵੀ ਪੂਰਵ ਦੇ ਵਿੱਚ ਗੁਪਤ ਸਮਰਾਜ ਦੇ ਸ਼ਾਸਕ ਕੁਮਾਰ ਗੁਪਤ ਪਹਿਲੇ ਨੇ ਕੀਤੀ ਸੀਗੀ ਤੇ ਬਿਹਾਰ ਰਾਜ ਦੇ ਵਿੱਚ ਸਥਿਤ ਸੀਗੀ ਸੋ ਉਸ ਸਮੇਂ ਦੀ ਸਭ ਤੋਂ ਵੱਡੀ ਮਤਲਬ ਯੂਨੀਵਰਸਿਟੀ ਸੀਗੀ ਪਰ ਜਦੋਂ ਅਲਾਉਦੀਨ ਖਿਲਜੀ ਕਤਬੁਦੀਨ ਐਬਕੋਂ ਦਾ ਹੈ ਤਾਂ ਉਸ ਦੇ ਨਾਲ ਇੱਕ ਬਖਤਿਆਰ ਖਲਜੀ ਨਾਮੀ ਵਿਅਕਤੀ ਆਉਂਦਾ ਹੈ ਸੋ ਇਹ ਬਖਤਿਆਰ ਖਲਜੀ ਨਾਮੀ ਉਹਦਾ ਸੈਨਾਪਤੀ ਸੀਗਾ ਜਿਨੇ ਕਿ ਇਸ ਯੂਨੀਵਰਸਿਟੀ ਨੂੰ ਨਸ਼ਟ ਕਰ ਦਿੱਤਾ ਸੀ ਖਤਮ ਕਰ ਦਿੱਤਾ ਸੀਗਾ ਇਹ ਬਖਤਿਆਰ ਖਲਜੀ ਸੀਗਾ ਜਿਨੇ ਇਸ ਯੂਨੀਵਰਸਿਟੀ ਨੂੰ ਢਾਹ ਦਿੱਤਾ ਸੀ ਬਿਲਕੁਲ ਅਰ ਸਥਾਪਨਾ ਕੁਮਾਰ ਗੁਪਤ ਪਹਿਲਾ ਕਰਦਾ ਹੈ 67 ਨੰਬਰ ਹੈ ਮਹਿਮੂਦ ਗਜ਼ਨਵੀ ਨਾਲ ਕਿਹੜਾ ਪ੍ਰਸਿੱਧ ਸਲਾਨੀ ਆਇਆ ਜਿਸ ਨੇ ਉਸਤੇ ਬਾਰੇ ਲਿਖਿਆ ਅਲਬਰੂਨੀ ਮੈਗਸਤਨੀਜ਼ ਜਫਰ ਇਕਬਾਲ ਜਾਂ ਮਾਰਕੋ ਪੋਲੋ ਮਹਿਮੂਦ ਗਜ਼ਨਵੀ ਦੇ ਨਾਲ ਭਾਰਤ ਦੇ ਵਿੱਚ ਆਉਂਦਾ ਹੈ ਜੀ ਅਲਬਰੂਨੀ ਜਿਹਦੇ ਦੁਆਰਾ ਕਈ ਸਾਰੀਆਂ ਪੁਸਤਕਾਂ ਤੇ ਬਹੁਤ ਸਾਰੀ ਜਾਣਕਾਰੀ ਜਿਹੜੀ ਉਹ ਐਡ ਕੀਤੀ ਜਾਂਦੀ ਹੈ ਅਲਬਰੂਨੀ ਦਾ ਪੂਰਾ ਨਾਮ ਅਬੂ ਰਿਹਾਨ ਮੁਹੰਮਦ ਇਬਨ ਅਹਿਮਦ ਅਲਬਰੂਨੀ ਸੀਗਾ ਸਾਲ 937 ਦੇ ਵਿੱਚ ਦਾ ਜਨਮ ਹੋਇਆ ਸੀ ਈਸਵੀ ਦੇ ਵਿੱਚ ਤੇ ਉਜ਼ਬੇਕਿਸਤਾਨ ਦੇ ਖੇਤਰ ਦੇ ਵਿੱਚ ਉਹ ਇਹ ਪੈਦਾ ਹੋਇਆ ਸੀ ਇਹ ਇੱਕ ਫਾਰਸੀ ਲੇਖਕ ਸੀਗਾ ਤੇ ਮਾਤ ਭਾਸ਼ਾ ਇਸ ਦੀ ਫਾਰਸੀ ਰਹੇ ਸੀਗੀ ਤੇ ਮਹਿਮੂਦ ਗਜ਼ਨਵੀ ਦੇ ਨਾਲ ਜਿਹੜਾ ਇਹ ਭਾਰਤ ਦੇ ਵਿੱਚ ਆ ਸੀਗਾ ਤੇ ਮਹਿਮੂਦ ਗਜ਼ਨਵੀ ਨੇ ਜਦੋਂ ਉਜਬੇਕਿਸਤਾਨ ਦੇ ਉੱਪਰ ਹਮਲਾ ਕੀਤਾ ਸੀ ਤਾਂ ਉਸ ਸਮੇਂ ਇਸ ਨੂੰ ਕੈਦੀ ਬਣਾ ਲਿਆਤਾ ਸੀ ਬਾਅਦ ਦੇ ਵਿੱਚ ਇਹਦਾ ਟੈਲੈਂਟ ਦੇਖ ਕੇ ਇਸ ਤੇ ਮਤਲਬ ਉਹਨਾਂ ਨੂੰ ਦੇਖਦੇ ਹੋਣੇ ਆਪਣਾ ਜਿਹੜਾ ਹੈ ਲੇਖਕ ਦੇ ਤੌਰ ਦੇ ਉੱਪਰ ਇਸ ਨੂੰ ਆਪਣੇ ਦਰਬਾਰ ਦੇ ਵਿੱਚ ਰੱਖ ਲਿਆਤਾ ਸੀ ਇਹਦੀਆਂ ਰਚਨਾਵਾਂ ਦੇ ਵਿੱਚ ਕਿਤਾਬ ਉਲ ਹਿੰਦ ਵੈਰੀ ਵੈਰੀ ਇੰਪੋਰਟੈਂਟ ਜੋ ਕਿ ਅਰਬੀ ਭਾਸ਼ਾ ਦੇ ਵਿੱਚ ਲਿਖੀ ਗਈ ਹੈ ਇਸ ਤੋਂ ਇਲਾਵਾ ਕਿਤਾਬ ਉਲ ਕਾਨੂੰਨ ਉਲ ਮਸੂਦੀ ਇਹ ਪੁਸਤਕਾਂ ਅਲਬਰੂਨੀ ਨੇ ਲਿਖਿਆ ਹੋਇਆ ਨੇ ਜੋ ਕਿ ਐਗਜ਼ਾਮ ਦੇ ਪੱਖ ਤੋਂ ਸਟ ਮੋਸਟ ਇੰਪੋਰਟੈਂਟ ਹੈ ਯਾਨੀ ਨੈਕਸਟ ਅਗਲਾ ਕੁਐਸਚਨ 77 ਨੰਬਰ ਚੰਦਰਗੁਪਤ ਮੌਰੀਆ ਸਮੇ ਕਿਹੜਾ ਵਿਦੇਸ਼ੀ ਸੈਲਾਨੀ ਭਾਰਤ ਆਇਆ ਸੀ ਫਾਹੀਜਾਨ ਅਲਬਰੂਨੀ ਮੈਗਸਥਨੀ ਹਮ ਹਮਸਤੰਗ ਚੰਦਰਗੁਪਤ ਮੌਰੀਆ ਜੋ ਕਿ ਸਭ ਤੋਂ ਪਹਿਲਾ ਵੰਸ਼ ਹੈ ਭਾਰਤ ਦਾ ਤੇ ਰਾਸ਼ਟਰੀ ਵੰਸ਼ ਕਹਾਉਂਦਾ ਹੈ ਭਾਰਤ ਦਾ ਪਹਿਲਾ ਸੋ ਇਹਦੇ ਸਮੇ ਭਾਰਤ ਦੇ ਵਿੱਚ ਮੈਗਸਥਨੀ ਜਿਹੜਾ ਵਿਅਕਤੀ ਸੀਗਾ ਜਾਂ ਯਾਤਰੀ ਸੀਗਾ ਉਹ ਭਾਰਤ ਦੇ ਵਿੱਚ ਹੁੰਦਾ ਹੈ ਕਗਾ ਚੰਦਰਗੁਪਤ ਮੌਰੀਆ ਅੱਛਾ ਇੱਕ ਹੋਰ ਚੀਜ਼ ਦਿਨ ਰੱਖਣਾ ਇਹ ਪੰਜਾਬ ਦੇ ਇਤਿਹਾਸ ਵੀ ਐਡ ਹੋਊਗਾ ਪਲੱਸ ਭਾਰ ਦੇ ਭਾਰ ਦੇ ਇਤਿਹਾਸ ਦੇ ਵਿੱਚ ਵੀ ਇਹ ਐਡ ਹੋਊਗਾ ਇਸ ਕਰਕੇ ਆਪਾਂ ਇਹਨਾਂ ਨੂੰ ਸਾਰਿਆਂ ਨੂੰ ਪੰਜਾਬ ਜੀਕੇ ਦੇ ਵਿੱਚ ਐਡ ਕੀਤਾ ਹੋਇਆ ਓਕੇ ਤਾਂ ਮੈਗਸਤਨੀਜ਼ ਜਿਹੜਾ ਹੈਗਾਗਾ ਇੱਕ ਯੂਨਾਨੀ ਰਾਜਦੂਤ ਸੀਗਾ ਜਿਸ ਨੂੰ ਕਿ ਸੈਲਕਸ ਦੇ ਦਰਬਾਰ ਚੰਦਰਗੁਪਤ ਮੌਰੀਆ ਦੇ ਦਰਬਾਰ ਦੇ ਵਿੱਚ ਭੇਜਿਆ ਗਿਆ ਸੀਗਾ ਹੋਇਆ ਕਿ ਸੀਗਾ ਕਿ ਚੰਦਰਗੁਪਤ ਮੌਰੀਆ ਤੇ ਸੈਲਕਸ ਦੇ ਵਿਚਕਾਰ ਇੱਕ ਯੁੱਧ ਹੋਇਆ ਸੀਗਾ 322 ਇਸਵੀ ਪੂਰਬ ਦੇ ਵਿੱਚ ਉਸ ਦੇ ਵਿੱਚ ਚੰਦਰਗੁਪਤ ਮੌਰੀਆ ਜਿੱਤ ਜਾਂਦਾ ਹੈ ਤੇ ਸੈਲਕਸ ਨੂੰ ਹਰਾ ਦਿੱਤਾ ਜਾਂਦਾ ਹੈ ਜਦੋਂ ਸੈਲਕਸ ਹਾਰ ਜਾਂਦਾ ਹੈ ਤਾਂ ਸੈਲਕਸ ਚੰਦਰਗੁਪਤ ਮੌਰੀਆ ਤੋਂ ਪ੍ਰਭਾਵਿਤ ਹੋ ਕੇ ਆਪਣੀ ਬੇਟੀ ਕੰਨਲਿਆ ਦਾ ਜਿਹੜਾ ਵਿਆਹ ਹੈ ਉਹ ਚੰਦਰਗੁਪਤ ਮੌਰੀਆ ਦੇ ਨਾਲ ਕਰ ਦਿੰਦਾ ਹੈ ਜਿਸ ਦੇ ਨਾਲ ਇਹ ਰਿਸ਼ਤੇਦਾਰੀ ਦੇ ਵਿੱਚ ਜਿਹੜਾ ਕਨਵਰਟ ਹੋ ਜਾਂਦੇ ਆ ਫਿਰ ਇਸ ਰਿਸ਼ਤੇਦਾਰੀ ਦੇ ਕਾਰਨ ਕਰਕੇ ਹੀ ਸੈਲਕਸ ਜਿਹੜਾ ਹੈ ਸੈਲਕਸ ਜਿਹੜਾ ਸੀਗਾ ਇਹ ਮੈਗਸਤਨੀਜ਼ ਨੂੰ ਚੰਦਰਗੁਪਤ ਮੌਰੀਆ ਦੇ ਦਰਬਾਰ ਦੇ ਵਿੱਚ ਉਸ ਦੇ ਸਹਾਇਕ ਦੇ ਰੂਪ ਦੇ ਵਿੱਚ ਭੇਜ ਦਿੰਦਾ ਹੈ ਕਗਾ ਮੈਗਸਥਨਿਯ ਦੀ ਪੁਸਤਕ ਬਹੁਤ ਇੰਪੋਰਟੈਂਟ ਹੈ ਇੰਡੀਕਾ ਜੋ ਕਿ ਭਾਰਤ ਦੇ ਇਤਿਹਾਸ ਦੇ ਬਾਰੇ ਜਾਣਕਾਰੀ ਦਿੰਦੀ ਹੈ ਸੋ ਇਹ ਮੈਗਸਥਨਿਯ ਦੀ ਲਿਖੀ ਹੋਈ ਹੈ ਕਿ ਕਿ ਚੰਦਰਗੁਪਤ ਮੌਰੀਆ ਦੇ ਬਾਰੇ ਦੱਸਦੀ ਹੈ ਚੰਦਰਗੁਪਤ ਮੌਰੀਆ ਨੂੰ ਪ੍ਰਸ਼ਾਸਨ ਸੰਭਾਉਣ ਵਾਲਾ ਜਾਂ ਉਸ ਨੂੰ ਰਾਜਾ ਬਣਾਉਣ ਵਾਲਾ ਉਸ ਦਾ ਪ੍ਰਧਾਨ ਮੰਤਰੀ ਸੀਗਾ ਜੀ ਜਿਸ ਦਾ ਨਾਮ ਸੀਗਾ ਜੀ ਕਟਲਿਆ ਜਾਂ ਜਾਣਕਿਆ ਜਿਹਦੀ ਪੁਸਤਕ ਰਹਿੰਦੀ ਹੈ ਜੀ ਅਰਥਸ਼ਾਸਤra ਇਹ ਵੀ ਐਗਜ਼ਾਮ ਦੇ ਪੱਖ ਤੋਂ ਕਾਫੀ ਜ਼ਿਆਦਾ ਇੰਪੋਰਟੈਂਟ ਹੈ ਪੁਸਤਕ ਸੋ ਇਹ ਪੁਸਤਕ ਇਸ ਦੇ ਨਾਲ ਰਿਲੇਟ ਠੀਕ ਹੈ ਇਸਦੀ ਰਾਜਧਾਨੀ ਰਹਿੰਦੀ ਹੈ ਪਾਟਲੀਪੁੱਤਰ ਤੇ ਪਾਟਲੀਪੁੱਤਰ ਦੀ ਸਥਾਪਨਾ ਵੀ ਜਿਹੜੀ ਹੈ ਉਹ ਚੰਦਰਗੁਪਤ ਮੌਰੀਆ ਦੇ ਦੁਆਰਾ ਹੀ ਕੀਤੀ ਗਈ ਸੀਗੀ ਵਰਤਮਾਨ ਸਮੇ ਪਾਟਲੀਪੁੱਤਰ ਨੂੰ ਪਟਨਾ ਕਿਹਾ ਜਾਂਦਾ ਹੈਗਾ ਜੋ ਬਿਹਾਰ ਦੀ ਰਾਜਧਾਨੀ ਹੈ ਅਤੇ ਇਹਨਾਂ ਮੈਗਸਥਨੀਸ ਸੀਗਾ ਜਿਹੜਾ ਇਹ 302 ਈਸਵੀ ਪੂਰਬ ਤੋਂ ਲੈ ਕੇ 298 ਈਸਵੀ ਪੂਰਬ ਤੱਕ ਭਾਰ ਦੇ ਵਿੱਚ ਰਿਹਾ ਸੀਗਾ ਪਾਟਲੀਪੁੱਤਰ ਦੇ ਵਿੱਚ ਤਨੇ ਆਪਣੀ ਇੰਡੀਕਾ ਬੁੱਕ ਦੇ ਵਿੱਚ ਪਾਟਲੀਪੁੱਤਰ ਨੂੰ ਪਾਲਿੰਬੋਬ ਦਾ ਜਿਹੜਾ ਨਾਮ ਉਹ ਦਿੱਤਾ ਹੋਇਆ ਹੈਗਾ ਕਾ ਜਾਨੀ ਕਿ ਪਾਲਿੰਬੋਬ ਨਾਮ ਜਿਹੜਾ ਹੈ ਉਹ ਪਾਟਲੀਪੁੱਤਰ ਸ਼ਹਿਰ ਦੇ ਲਈ ਵਰਤਿਆ ਗਿਆ ਹੈਗਾ ਕਾ ਮੈਗਸਥਨੀਸ ਦੇ ਦੁਆਰਾ 78 ਨੰਬਰ ਹੈ ਜੀ ਗੁਪਤ ਕਾਲ ਦੇ ਵਿੱਚ ਕਿਹੜਾ ਪ੍ਰਸਿੱਧ ਵਿਦੇਸ਼ੀ ਸੈਲਾਨੀ ਭਾਰਤ ਆਇਆ ਸੀਗਾ ਮੈਗਸਥਨੀਸ ਫਾਹੀਜਾਨ ਅਲਬਰੂਨੀ ਜਫਰ ਖਾਨ ਗੁਪਤ ਕਾਲ ਦੇ ਦੌਰਾਨ ਪ੍ਰਸਿੱਧ ਸਲਾਨੀ ਆਇਆ ਸੀ ਜਿਹੜਾ ਵਿਜਾਤਰੀ ਆਇਆ ਸੀ ਉਹ ਸੀਗਾ ਫਾਹੀਜਾਨ ਫਾਹੀਜਾਨ ਗੁਪਤ ਕਾਲ ਦੇ ਸਮੇਂ ਦੇ ਵਿੱਚ ਆਇਆ ਸੀਗਾ ਜਿਸਨੇ ਕਿ ਭਾਰਤ ਦੇ ਵਿੱਚ ਵਿਜ਼ਿਟ ਕੀਤਾ ਸੀਗਾ ਇਹ ਵੀ ਚੀਨੀ ਯਾਤਰੀ ਸੀਗਾ ਤੇ ਬੁੱਧ ਧਰਮ ਨੂੰ ਅਪਣਾਉਣ ਵਾਲਾ ਸੀਗਾ ਅਤੇ ਇਸ ਤੋਂ ਇਲਾਵਾ ਇਹ ਇੱਕ ਅਨੁਵਾਦਕ ਸੀ ਇਸਕਿ ਜਿਸਨੇ ਕਈ ਸਰੰਗਾਂ ਪੁਸਤਕਾਂ ਨੂੰ ਟ੍ਰਾਂਸਲੇਟ ਕੀਤਾ ਸੀਗਾ ਫਾਹੀਜਾਨ ਜਿਹੜਾ ਸੀ ਇਹ ਬੁੱਧ ਧਰਮ ਨੂੰ ਗ੍ਰਹਿਣ ਕਰਨ ਲਈ ਬੁੱਧ ਧਰਮ ਦੇ ਬਾਰੇ ਜਾਣਨ ਦੇ ਲਈ ਚੀਨ ਤੋਂ ਭਾਰਤ ਤੱਕ ਪੈਦਲ ਯਾਤਰਾ ਕਰਦਾ ਹੈ ਇੰਨਾ ਜ਼ਿਆਦਾ ਪ੍ਰਭਾਵਿਤ ਸੀਗੇ ਇਹ ਬੁੱਧ ਧਰਮ ਤੋਂ ਹਨਾ ਸੋ ਇਸੇ ਕਰਕੇ ਅੱਜ ਵੀ ਚੀਨ ਦੇ ਵਿੱਚ ਸਭ ਤੋਂ ਵੱਧ ਜਿਹੜਾ ਹੈ ਬੁੱਧ ਧਰਮੀ ਦੇਖਣ ਨੂੰ ਮਿਲਦਾ ਹੈਗਾ ਤਾਂ ਇਸਨੇ ਮਤਲਬ ਇਸ ਤਰ੍ਹਾਂ ਦੇ ਲੋਕਾਂ ਨੂੰ ਉੱਥੋਂ ਦਿੱਕ ਜਿਹੜੀ ਇਹ ਜਾਣਕਾਰੀ ਪਹੁੰਚਾਈ ਹੈ ਕਿ ਬੁੱਧ ਧਰਮ ਅਸਲ ਦੇ ਵਿੱਚ ਕੀ ਹੈ ਜਾਂ ਕੀ ਫਿਲਾਸਫੀਸਤਰੀ ਰਹਿੰਦੀ ਹੈ ਕਿ ਆਗੀ ਇਹਨੇ ਤਕਰੀਬਨ 399 ਇਸਵੀ ਤੋਂ ਲੈ ਕੇ 412 ਇਸਵੀ ਦੇ ਵਿਚਕਾਰ ਮੱਧ ਦੱਖਣੀ ਪੂਰਬੀ ਏਸ਼ੀਆ ਦੇ ਤੇ ਪਵਿੱਤਰ ਬੋਧੀ ਸਥਾਨਾਂ ਦੇ ਜਿੰਨੇ ਵੀ ਸੀਗੇ ਉਹਨਾਂ ਸਾਰਿਆਂ ਦੀ ਯਾਤਰਾ ਕੀਤੀ ਤੇ ਤਕਰੀਬਨ ਤਕਰੀਬਨ 10 ਸਾਲ ਜਿਹੜੇ ਹੈ ਉਪਾਰ ਦੇ ਵਿੱਚ ਉਸਨੇ ਬਤਾਇਆ ਤਾਂ ਕਿ ਉਹ ਬੁੱਧ ਧਰਮ ਦੇ ਬਾਰੇ ਜਿਹੜਾ ਗਿਆਨ ਆ ਉਹ ਹਾਸਲ ਕਰ ਸਕੇ ਨੈਕਸਟ ਹੈ 79 ਨੰਬਰ ਆਰੀਆਪੱਟ ਤੇ ਵਰਮੇਰ ਵਰਮੇਰ ਜਿਹੜਾ ਇਸ ਦਾ ਸਬੰਧ ਕਿਹੜੇ ਸਮਰਾਜ ਦੇ ਨਾਲ ਹੈ ਕਨਿਸਕ ਦੇ ਨਾਲ ਹੈ ਮੌਰੀਆ ਦੇ ਨਾਲ ਹੈ ਹਰਸ਼ਵਰਧਨ ਦੇ ਨਾਲ ਹੈ ਜਾਂ ਗੁਪਤ ਕਾਲ ਦੇ ਨਾਲ ਹੈ ਆਰੀਆਪੱਟ ਜੋ ਕਿ ਪ੍ਰਸਿੱਧ ਭਾਰਤੀ ਰਹੇ ਹੈਗੇ ਹੈਗੇ ਸੋ ਇਹ ਸਾਲ ਗੁਪਤ ਕਾਲ ਦੇ ਸਮੇਂ ਦੇ ਵਿੱਚ ਪ੍ਰਚਲਿਤ ਸੀਗੇ ਜੀ ਉਸ ਸਮੇਂ ਉਹਦੇ ਦਰਬਾਰ ਦੇ ਵਿੱਚ ਵੀ ਸੀਗੇ ਐਂਡ ਇਸ ਤੋਂ ਇਲਾਵਾ ਆਰੀਆ ਪਟ ਜਿਹੜੀ ਆ ਭਾਰਤ ਦੇ ਪ੍ਰਮੁੱਖ ਤੇ ਪਹਿਲੇ ਗਣਿਤ ਸ਼ਾਸਤਰੀ ਹੈ ਜਿਨ੍ਹਾਂ ਦੀਆਂ ਰਚਨਾਵਾਂ ਆਰੀਆ ਪਟੀਆਂ ਜਾਂ ਆਰੀਆ ਪਟੰਬੀ ਕਹਿੰਦੇ ਹੈ ਇਸ ਤੋਂ ਇਲਾਵਾ ਆਰੀਆ ਸਿਧਾਂਤ ਜਿਹੜਾ ਹੈ ਉਹ ਵੀ ਇਹਨਾਂ ਦੇ ਦੁਆਰਾ ਦਿੱਤਾ ਗਿਆ ਹੈਗਾ ओके ਇਹਨਾਂ ਦੇ ਮੁੱਖ ਕੰਮਨ ਦੇ ਵਿੱਚ ਜਿਵੇਂ ਚੰਦਰ ਗ੍ਰਹਿਣ ਤੇ ਸੂਰਜ ਗ੍ਰਹਿਣ ਦਾ ਜਿਹੜਾ ਜ਼ਿਕਰ ਹੈ ਉਹ ਸਭ ਤੋਂ ਪਹਿਲਾਂ ਆਰੀਆ ਭਟ ਨੇ ਕੀਤਾ ਹੈ ਇਸ ਤਲਾਵਾਂ ਧਰਤੀ ਆਪਣੀ ਧੁਰਿੱਦਵਾਲੀ ਘੁੰਮਦੀ ਹੈ ਇਹਦਾ ਜ਼ਿਕਰ ਵੀ ਆਰੀਆ ਭਟ ਨੇ ਕੀਤਾ ਹੈ ਚੰ드ਰਮਾ ਦੇ ਪ੍ਰਕਾਸ਼ ਦੇ ਦੁਆਰਾ ਜਾਂ ਚੰ드ਰਮਾ ਦਾ ਜਿਹੜਾ ਪ੍ਰਕਾਸ਼ ਦਾ ਪ੍ਰਤੀਬਿੰਬ ਹੈ ਉਹਦਾ ਵੀ ਜ਼ਿਕਰ ਇਸ ਨੇ ਕੀਤਾ ਹੈ ਦਸ਼ਮਲਵ ਦੀ ਖੋਜ ਇਸ ਨੇ ਕੀਤੀ ਹੈ ਜ਼ੀਰੋ ਦੀ ਖੋਜ ਜਿਹੜੀ ਉਹ ਇਸ ਨੇ ਕੀਤੀ ਹੀਗੀਗੀ ਇਸ ਤਲਾਵਾਂ ਇਹਦੇ ਨਾਮ ਦੇ ਉੱਪਰ ਹੀ ਆਪਣੇ ਭਾਰਤ ਦਾ ਪਹਿਲਾ ਜਿਹੜਾ ਸੈਟਲਾਈਟ ਰਹਿੰਦਾ ਹੈ ਆਰੀਆ ਪਟ ਉਹ ਵੀ ਇਹਦੇ ਨਾਮ ਦੇ ਉੱਪਰ ਹੀ ਛੱਡਿਆ ਗਿਆ ਸੀਗਾ ਨੈਕਸਟ ਆ ਜੀ ਅੱਗੇ ਲਾਸਟ ਕੁਐਸਚਨ ਕਿਹੜੇ ਪ੍ਰਸਿੱਧ ਸਮਰਾਜ ਨੂੰ ਭਾਰਤ ਦਾ ਸੁਨਹਿਰੀ ਕਾਲ ਕਿਹਾ ਜਾਂਦਾ ਹੈ ਮੌਰੀਆ ਕਾਲ ਨੂੰ ਕਨਿਸਕ ਕਾਲ ਨੂੰ ਗੁਪਤ ਕਾਲ ਨੂੰ ਜਾਂ ਹਰਸ਼ਵਰਧਨ ਨੂੰ ਤਾਂ ਮੌਰੀਆ ਸਮਰਾਜ ਜਾਂ ਕਨਿਸਕ ਕਾਲ ਜਾਂ ਗੁਪਤ ਕਾਲ ਦੇ ਵਿੱਚੋਂ ਕਿਸ ਨੂੰ ਸੁਨਹਿਰੀ ਕਾਲ ਕਹਿੰਦੇ ਆ ਤਾਂ ਕਰੈਕਟ ਆਨਸਰ ਆਪਣੇ ਕੋਲੇ ਗੁਪਤ ਕਾਲ ਰਹੂਗਾ ਇਹਨੂੰ ਗੋਲਡਨ ਪੀਰੀਡ ਕਿਹਾ ਜਾਂਦਾ ਹੈ ਸਾਡੇ ਭਾਰਤ ਦੇ ਇਤਿਹਾਸ ਦਾ ਕਿਉਂਕਿ ਇਸ ਦੇ ਵਿੱਚ ਇਸ ਨੇ ਬਹੁਤ ਸਾਰੀ ਜਿਹੜੀ ਤਰੱਕੀ ਕੀਤੀ ਪੁਸਤਕਾਂ ਨੂੰ ਲੈ ਕੇ ਸਾਹਿਤ ਨੂੰ ਲੈ ਕੇ ਲਿਟਰੇਚਰ ਨੂੰ ਲੈ ਕੇ ਇਸ ਤੋਂ ਇਲਾਵਾ ਆਰਟ ਨੂੰ ਲੈ ਕੇ ਜਾਂ ਹੋਰ ਕਈ ਸਾਰੇ ਖੇਤਰਾਂ ਦੇ ਵਿੱਚ ਬੜਾ ਮਤਲਬ ਇਹਨਾਂ ਨੇ ਜਿਹੜਾ ਪ੍ਰਚਾਰ ਕੀਤਾ ਜਿਹਦੇ ਕਾਰਨ ਕਰਕੇ ਉਸ ਨੂੰ ਭਾਰਤ ਦਾ ਸੁਨਹਿਰੀ ਯੁੱਗ ਕਿਹਾ ਜਾਂਦਾ ਹੈ ਗੁਪਤ ਕਾਲ ਦੀ ਸਥਾਪਨਾ ਸ਼੍ਰੀ ਗੁਪਤੇ ਦੁਆਰਾ ਸਾਲ 240 ਈਸਵੀ ਦੇ ਵਿੱਚ ਕੀਤੀ ਗਈ ਸੀਗੀ ਅਤੇ ਚੰਦਰਗੁਪਤ ਪਹਿਲਾ ਇਸ ਦਾ ਸਭ ਤੋਂ ਪ੍ਰਸਿੱਧ ਸ਼ਾਸਕ ਸੀਗਾ ਜਿਨੇ 330 ਤੋਂ ਲੈ ਕੇ 335 ਈਸਵੀ ਤੱਕ ਸ਼ਾਸਨ ਕੀਤਾ ਸੀ ਇਸ ਨੂੰ ਭਾਰਤ ਦੇ ਇਤਿਹਾਸ ਦੇ ਵਿੱਚ ਸਨੇਰੀ ਯੁੱਗ ਦੇ ਨਾਮ ਨਾਲ ਗੋਲਡਨ ਪੀਰੀਡ ਦੇ ਨਾਮ ਨਾਲ ਜਿਹੜਾ ਹੈ ਉਹ ਜਾਣਿਆ ਜਾਂਦਾ ਹੈ ਸੋ ਇਹ ਸੀਗਾ ਆਪਣਾ ਅੱਜ ਦਾ ਸੈਸ਼ਨ ਜਿਸ ਦੇ ਵਿੱਚ ਪੰਜਾਬ ਜੀਕੇ ਦੇ ਬਹੁਤ ਸਾਰੇ ਇੰਪੋਰਟੈਂਟ ਕੁਐਸਚਨ ਹਿਸਟਰੀ ਦੇ ਨਾਲ ਲੱਟਾ ਪਰ ਡਿਸਕਸ ਕੀਤੇ ਨੇ ਉਮੀਦ ਕਰਦਾ ਹਾਂ ਤੁਹਾਡੇ ਸਾਰਿਆਂ ਲਈ ਹੈਲਪਫੁਲ ਹੋਣਗੇ ਸਭ ਨੂੰ ਕਾਫੀ ਕੁਝੜਾ ਸਿੱਖਣ ਨੂੰ ਮਿਲਿਆ ਹੋ ਸੋ ਇਸੇ ਤਰੀਕੇ ਦੀਆਂ ਵੀਡੀਓ ਦੇਖਣ ਲਈ ਤੁਸੀਂ ਇਸ ਚੈਨਲ ਦੇ ਉੱਪਰ ਬਨੇ ਰਹੋ ਐਂਡ ਵੀਡੀਓ ਨੂੰ ਲਾਈਕ ਜ਼ਰੂਰ ਕਰਦਿਆ ਕਰੋ ਤੇ ਇਸ ਦੋਸਤਾਂ ਤੇ ਸ਼ੇਅਰ ਵੀ ਕਰਦਿਆ ਕਰੋ ਅਗਰ ਕਿਸੇ ਤਰ੍ਹਾਂ ਦੀ ਕੋਈ ਕਮੀ ਹੁੰਦੀ ਹੈ ਉਹ ਜ਼ਰੂਰ ਮੈਂਸ਼ਨ ਕਰਦਿਆ ਕਰੋ ਤਾਂ ਕਿ ਆਪਾਂ ਉਸ ਨੂੰ ਉਸ ਦੇ ਅਕੋਰਡਿੰਗ ਹੋਰ ਇੰ ਵਟਸਐਪ ਗਰੁੱਪ ਜੁਆਇਨ ਕਰਨ ਦੇ ਲਈ ਤੁਸੀਂ ਇਸ ਨੰਬਰ ਦੇ ਉੱਪਰ ਕੰਟੈਕਟ ਕਰ ਸਕਦੇ ਹੋ ਅਤੇ ਇਹਨਾਂ ਕਲਾਸਾਂ ਦੀ ਪੀਡੀਐਫ ਡਾਊਨਲੋਡ ਕਰਨ ਦੇ ਲਈ ਤੁਸੀਂ ਰਮਨ ਇੰਸਟੀਚਿਊਟ ਦੀ ਜੋ ਐਪ ਆਪ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ ਸੋ ਮਿਲਦੇ ਨੈਕਸਟ ਸੈਸ਼ਨ ਦੇ ਵਿੱਚ ਥੈਂਕ ਯੂ ਸੋ ਮੱਚ